ਸੋ ਅੱਜ ਆਪਾਂ ਪਰਮੇਸ਼ਰ ਜੀ ਦੇ ਵਚਨ ਦੇ ਵਿੱਚੋਂ ਸਿੱਖਣਾ ਹੈ ਅਜਮਾਇਸ਼ ਦੇ ਬਾਰੇ ਵਿੱਚ ਟੈਂਪਟੇਸ਼ਨ ਪ੍ਰਤਾਵਾ ਜ਼ਿੰਦਗੀ ਦੇ ਵਿੱਚ ਬਹੁਤ ਅਜਮਾਇਸ਼ਾਂ ਆਉਂਦੀਆਂ ਆ ਬਹੁਤ ਪ੍ਰਤਾਵੇ ਆਉਂਦੇ ਆ ਅਸੀਂ ਉਹਨਾਂ ਪ੍ਰਤਾਵਿਆਂ ਦੇ ਵਿੱਚੋਂ ਕਿਵੇਂ ਨਿਕਲਣਾ ਹੈ ਸਾਨੂੰ ਵਚਨ ਬਹੁ ਸੋਹਣੀ ਤਰ੍ਹਾਂ ਸਿਖਾ ਦਿੰਦਾ ਹੈ ਜੇ ਆਪਾਂ ਵਚਨ ਨੂੰ ਪੜ੍ਹਦੇ ਰਹੀਏ ਵਚਨ ਨੂੰ ਸਮਝਦੇ ਰਹੀਏ ਤਾਂ ਇਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਪਹਿਲੀ ਗੱਲ ਤਾਂ ਆਉਂਦੀਆਂ ਨਹੀਂ ਤੇ ਜੇ ਆ ਜਾਣ ਤਾਂ ਫਿਰ ਟਿਕਦੀਆਂ ਨਹੀਂ ਨਿਕਲ ਜਾਂਦੀਆਂ ਹallelujah ਸੋ ਪਰਮੇਸ਼ਰ ਜੀ ਦੇ ਵਚਨ ਦੇ ਵਿੱਚ ਇਦਾਂ ਲਿਖਿਆ ਆ ਮੱਤੀ 6 ਦੀ 13 ਦੇ ਵਿੱਚ ਬੁੱਕ ਆਫ ਮੈਥਿਊ ਚੈਪਟਰ ਨੰਬਰ 6 ਵਰਸ 13 ਮਤੀ ਦੀ ਕਿਤਾਬ 6 ਨੰਬਰ ਅਧਿਆਏ ਤੇ ਉਹਦੀ 13 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਜਿੱਥੇ ਪ੍ਰਭੂ ਯਿਸੂ ਮਸੀਹ ਜੀ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾ ਰਹੇ ਆ ਉੱਥੇ ਲਿਖਿਆ ਆ ਕਹਿੰਦੇ ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ ਸਗੋਂ ਬੁਰੀਾਈ ਤੋਂ ਬਚਾ ਸੋ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਜਦੋਂ ਪ੍ਰਾਰਥਨਾ ਕਰਨੀ ਸਿਖਾਉਂਦੇ ਆ ਤੇ ਉਹਦੇ ਵਿੱਚ ਇੱਕ ਇਹ ਵਾਲੀ ਚੀਜ਼ ਵੀ ਸਿਖਾ ਰਹੇ ਆ ਕਿ ਤੁਸੀਂ ਜਦੋਂ ਪ੍ਰਾਰਥਨਾ ਕਰਨੀ ਤਾਂ ਪਰਮੇਸ਼ਵਰ ਦੇ ਅੱਗੇ ਇਹ ਵੀ ਪ੍ਰਾਰਥਨਾ ਕਰਨੀ ਆ ਕਿ हे ਪਰਮੇਸ਼ਵਰ ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ ਸਾਨੂੰ ਅਜਮਾਇਸ਼ ਵਿੱਚ ਨਾ ਪੈਣ ਦੇ ਟੈਂਪਟੇਸ਼ਨ ਦੇ ਵਿੱਚ ਨਾ ਸਾਨੂੰ ਪੈਣ ਦੇ ਸਾਨੂੰ ਬਚਾ ਇਸ ਚੀਜ਼ ਤੋਂ ਸਾਨੂੰ ਬੁਰਾਈ ਤੋਂ ਬਚਾ ਕਿਉਂਕਿ ਮੈਕਸਿਮਮ ਅਜਮਾਇਸ਼ਾਂ ਬੁਰੀਾਈ ਲੈ ਕੇ ਆਉਂਦੀਆਂ 99% ਪ੍ਰਤਾਵਾਂ ਪ੍ਰਤਾਵੇ ਜਿਹੜੇ ਆ ਉਹ ਬੁਰੀਾਈ ਨੂੰ ਪੈਦਾ ਕਰ ਦਿੰਦੇ ਆ ਪਰ ਜੇਕਰ ਅਸੀਂ ਪ੍ਰਾਰਥਨਾ ਕਰਦੇ ਆ ਜਦੋਂ ਜਿੱਥੇ ਆਪਾਂ ਇਹ ਕਹਿੰਦੇ ਆ ਕਿ ਪ੍ਰਭੂ ਜੀ ਮੈਨੂੰ ਵੀਜ਼ਾ ਮਿਲੇ ਪ੍ਰਭੂ ਜੀ ਮੈਨੂੰ ਘਰ ਮਿਲੇ ਮੈਨੂੰ ਕੋਠੀ ਮਿਲੇ ਮੈਨੂੰ ਕਾਰ ਮਿਲੇ ਕਿਉਂਕਿ ਮੈਕਸਿਮਮ ਤਾਂ ਇਹ ਹੀ ਪ੍ਰਾਰਥਨਾ ਹੁੰਦੀਆਂ ਹਨਾ ਤੋਂਾਂ ਵਿੱਚ ਇਹ ਵੀ ਕਹਿ ਦਿਆ ਕਰੋ ਕਿ ਪ੍ਰਭੂ ਜੀ ਮੈਨੂੰ ਅਜਮਾਇਸ਼ ਤੋਂ ਨਜਾਤ ਮਿਲੇ ਜਿਹੜੀਆਂ ਅਜਮਾਇਸ਼ਾਂ 'ਚ ਮੈਂ ਪਿਆ ਆ ਇਹਨਾਂ ਤੋਂ ਮੈਨੂੰ ਛੁਟਕਾਰਾ ਮਿਲ ਜਾਵੇ ਤੇ ਮੇਰੇ ਉੱਤੇ ਅਜਮਾਇਸ਼ ਨਾ ਆਵੇ ਸੋ ਜਦੋਂ ਵੀ ਪ੍ਰਾਰਥਨਾ ਕਰੋ ਇਹ ਵੀ ਜ਼ਰੂਰ ਪਰਮੇਸ਼ਵਰ ਤੋਂ ਮੰਗੋ ਕਿ ਪਰਮੇਸ਼ਵਰ ਜੀ ਸਾਨੂੰ ਪਰਤਾਵੇ ਤੋਂ ਬਚਾ ਕੇ ਰੱਖੋ ਪਰਤਾਵਾ ਇੱਕ ਜਾਲ ਆ ਜੇ ਦੇ ਵਿੱਚ ਵੱਡੇ ਵੱਡੇ ਵਿਸ਼ਵਾਸੀ ਫਸ ਜਾਂਦੇ ਆ ਅਰੇ ਜੇ ਅਸੀਂ ਸੋਚੀਏ ਕਿ ਅਜਮਾਇਸ਼ ਪਰਮੇਸ਼ਵਰ ਤੋਂ ਆ ਤੇ ਨਹੀਂ ਇਹ ਪਰਮੇਸ਼ਵਰ ਤੋਂ ਨਹੀਂ ਆ ਯਾਕੂਬ ਦੀ ਕਿਤਾਬ ਦੇ ਵਿੱਚ ਲਿਖਿਆ ਜਦੋਂ ਇੱਛਾ ਗਰਬਣੀ ਹੁੰਦੀ ਆ ਉਦੋਂ ਅਸੀਂ ਅਜਮਾਇਸ਼ ਚ ਪੈਂਦੇ ਆ ਉਦੋਂ ਪਰਤਾਵਾ ਹੁੰਦਾ ਉਦੋਂ ਪਾਪ ਦਾ ਜਨਮ ਹੁੰਦਾ ਹੈ ਸਾਡੀਆਂ ਹੀ ਖੁਆਇਸ਼ਾਂ ਜਿਹੜੀਆਂ ਆ ਉਹ ਸਾਡੇ ਤੇ ਪ੍ਰਤਾਵਾ ਲੈ ਕੇ ਆਉਂਦੀਆਂ ਆ ਤਾਂ ਪ੍ਰਤਾਵੇ ਤੋਂ ਬਚਣਾ ਆ ਜਿੰਨੀਆਂ ਸਾਡੀਆਂ ਖੁਆਇਸ਼ਾਂ ਘੱਟ ਹੋਣਗੀਆਂ ਓਨੀਆਂ ਅਜਮਾਇਸ਼ਾਂ ਘੱਟ ਹੋਣਗੀਆਂ ਸਾਨੂੰ ਪਰਮੇਸ਼ਵਰ ਡਿਲੀਵਰ ਕਰ ਸਕਦੇ ਆ ਜੇਕਰ ਅਸੀਂ ਕਿਸੇ ਅਜਮਾਇਸ਼ ਦੇ ਵਿੱਚ ਆ ਤਾਂ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਜੇ ਕਿਸੇ ਪਰਤਾਵੇ ਵਿੱਚ ਆ ਤਾਂ ਉੱਥੇ ਨਿਕਲਣ ਦਾ ਵੀ ਰਾਹ ਪਰਮੇਸ਼ਵਰ ਦਿੰਦਾ ਹੈ ਤੇ ਉਹ ਜ਼ਰੂਰ ਸਾਨੂੰ ਇਹਨਾਂ ਪਰਤਾਵਿਆਂ ਦੇ ਵਿੱਚੋਂ ਕੱਢਣ ਦੇ ਲਈ ਸਮਰਥੀ ਆ ਸਗੋਂ ਬੁਰੀਾਈ ਤੋਂ ਬਚਾ ਤਾਂ ਸਾਡੀ ਇਹ ਵੀ ਪ੍ਰਾਰਥਨਾ ਹੋਣੀ ਚਾਹੀਦੀ ਆ ਕਿ ਪਰਮੇਸ਼ਰ ਜੀ ਸਾਨੂੰ ਹਰ ਤਰ੍ਹਾਂ ਦੀ ਬੁਰੀਾਈ ਤੋਂ ਬਚਾ ਕੇ ਰੱਖੋ ਕਿਸੇ ਦੇ ਵਿਰੁੱਧ ਬੋਲਣਾ ਜਿੱਥੇ ਪਾਪ ਆ ਬੁਰੀਾਈ ਆ ਕਿਸੇ ਦੇ ਵਿਰੁੱਧ ਸੋਚਣਾ ਵੀ ਉਨਾ ਹੀ ਮਾੜਾ ਆ ਵਚਨ ਦੇ ਵਿੱਚ ਲਿਖਿਆ ਆ ਕਿ ਨਾ ਜੇ ਤੂੰ ਵਿਭਚਾਰ ਕਰਨ ਦੀ ਸੋਚਦਾ ਆ ਤਾਂ ਤੇਰੇ ਲੇਖੇ ਵਿਭਚਾਰ ਗਿਣਿਆ ਗਿਆ ਮਤਲਬ ਜੇ ਪਾਪ ਦਾ ਫੁਰਨਾ ਹੀ ਮਨ ਵਿੱਚ ਆਇਆ ਪਾਪ ਦਾ ਵਿਚਾਰ ਹੀ ਮਨ ਵਿੱਚ ਆਇਆ ਤਾਂ ਸਮਝ ਲਾ ਕਿ ਤੂੰ ਪਾਪ ਕਰ ਹੀ ਲਿਆ ਤਾਂ ਜੇਕਰ ਬੁਰਾਈ ਕੀਤੀ ਨਹੀਂ ਪਰ ਮਨ ਦੇ ਅੰਦਰ ਆ ਤੇ ਸਮਝ ਲਓ ਹੋ ਚੁੱਕੀ ਇਸ ਲਈ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਨੀ ਕਿ ਪ੍ਰਭੂ ਜੀ ਸਾਨੂੰ ਬੁਰੇ ਵਿਚਾਰਾਂ ਤੋਂ ਵੀ ਬਚਾ ਕੇ ਰੱਖੋ ਹਰ ਤਰ੍ਹਾਂ ਦੀ ਬੁਰਾਈ ਤੋਂ ਜਿਹੜੀ ਅੱਖਾਂ ਦੇ ਨਾਲ ਹੋ ਸਕਦੀ ਆ ਜਿਹੜੀ ਸਰੀਰ ਦੇ ਨਾਲ ਹੋ ਸਕਦੀ ਆ ਜਿਹੜੀ ਸੋਚਾਂ ਦੇ ਨਾਲ ਹੋ ਸਕਦੀ ਆ ਸਾਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਬਚਾ ਕੇ ਰੱਖੋ ਹਾਲੇਲੂਇਆ ਤੁਸੀਂ ਜਾਗਦੇ ਹੋ ਇਬਰਾਨੀਆਂ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਉਹਦੀ 15 ਨੰਬਰ ਪੰਕਤੀ 'ਚੋਂ ਲਿਖਿਆ ਆ ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ ਹallelujah ਸੋ वचन ਇਦਾਂ ਦੱਸਦਾ ਸਾਡਾ ਪ੍ਰਧਾਨ ਜਾਜਕ ਪਰਮੇਸ਼ਵਰ ਦੇ ਬਾਰੇ ਦੇ ਵਿੱਚ ਕਹਿ ਰਿਹਾ ਸਾਡਾ ਪ੍ਰਧਾਨ ਯਾਦ ਜਿਕੇ ਇਹੋ ਜਿਹੇ ਨਹੀਂ ਆ ਕਿ ਉਹ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਮਦਦ ਨਾ ਕਰੇ ਜਦੋਂ ਅਸੀਂ ਆਪਣੇ ਆਪ ਨੂੰ ਬਲਹੀਣ ਮਹਿਸੂਸ ਕਰਦੇ ਹਾਂ ਜਦੋਂ ਸਾਨੂੰ ਲੱਗਦਾ ਕਿ ਮੇਰੇ ਤੋਂ ਨਹੀਂ ਹੋ ਰਿਹਾ ਪਰ ਮੈਂ ਕੋਸ਼ਿਸ਼ ਕਰ ਰਿਹਾ ਹਾਂ ਮੈਨੂੰ ਕਾਮਯਾਬੀ ਨਹੀਂ ਮਿਲ ਰਹੀ ਸਾਡਾ ਪਰਮੇਸ਼ਵਰ ਇਦਾਂ ਦਾ ਨਹੀਂ ਆ ਕਿ ਅਸੀਂ ਉਸ ਵੇਲੇ ਉਹਨੂੰ ਪੁਕਾਰੀਏ ਤੇ ਉਹ ਸਾਨੂੰ ਉੱਤਰ ਨਾ ਦੇਵੇ ਉਹ ਸਾਡੀ ਮਦਦ ਨਾ ਕਰੇ ਪਰ ਸਾਡਾ ਪਰਮੇਸ਼ਰ ਦੁਰਬਲ ਤਾਇਆਂ ਦੇ ਵਿੱਚ ਸਾਡਾ ਮਦਦਗਾਰ ਆ ਕਹਿੰਦਾ ਯਹੋਵਾ ਮੇਰਾ ਬਾਲਿਆ ਤੇ ਯਹੋਵਾ ਮੇਰੀ ਢਾਲ ਆ ਉਹ ਹੁਸੇ ਹੋਏ ਨੂੰ ਬਲ ਦਿੰਦਾ ਤੇ ਡਿੱਗੇ ਹੋਏ ਨੂੰ ਚੁੱਕਦਾ ਆ ਸੋ वचन ਸਾਨੂੰ ਕਹਿੰਦਾ ਕਿ ਸਾਡਾ ਪ੍ਰਧਾਨ ਜੱਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਅਗਰ ਤੁਸੀਂ ਕਿਸੇ ਬੁਰੀ ਆਦਤ ਤੋਂ ਛੁੱਟਣਾ ਚਾਹੁੰਦੇ ਹੋ ਅਰ ਕੋਸ਼ਿਸ਼ ਕਰ ਰਹੇ ਹੋ ਪਰ ਨਹੀਂ ਕਾਮਯਾਬੀ ਮਿਲ ਰਹੀ ਤੁਸੀਂ ਪੁਕਾਰੋ ਮਦਦ ਦੇ ਲਈ ਪਰਮੇਸ਼ਵਰ ਨੂੰ ਕਿ ਪ੍ਰਭੂ ਦੇਖੋ ਮੈਂ ਕੋਸ਼ਿਸ਼ ਕਰ ਰਿਹਾ ਹਾਂ ਪਰ ਮੇਰੇ ਕਾਮਯਾਬ ਨਹੀਂ ਹੋ ਰਿਹਾ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਮੇਰੀ ਮਦਦ ਕਰੋ ਪਰ ਤੁਹਾਨੂੰ ਕੋਸ਼ਿਸ਼ ਕਰਨੀ ਹੋਊਗੀ ਜ਼ਰੂਰੀ ਆ ਕਿ ਤੁਸੀਂ ਕੋਸ਼ਿਸ਼ ਕਰੋ ਫਿਰ ਕਰੋ ਕਿ ਤੁਸੀਂ ਤੁਸੀਂ ਪਰਮੇਸ਼ਵਰ ਤੋਂ ਮੰਗ ਰਹੇ ਆ ਕਾਰ ਤੁਸੀਂ ਕਹਿ ਰਹੇ ਆ ਕਿ ਪ੍ਰਭੂ ਜੀ ਮੈਨੂੰ ਕਾਰ ਦੇ ਨਾਲ ਬles ਕਰੋ ਪ੍ਰਭੂ ਜੀ ਮੈਨੂੰ ਕਾਰ ਦੇ ਨਾਲ ਬles ਕਰੋ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਪ੍ਰਭੂ ਮੈਨੂੰ ਕਾਰ ਮਿਲ ਨਹੀਂ ਰਹੀ ਮੇਰੀ ਮਦਦ ਕਰੋ ਤੁਸੀਂ ਪਹਿਲਾਂ ਪਾਰਕਿੰਗ ਪਲੇਸ ਰੈਡੀ ਕਰੋ ਜਿੱਥੇ ਕਾਰ ਖੜੀ ਕਰਨੀ ਹੈ ਅਰ ਪਾਰਕਿੰਗ ਪਲੇਸ ਰੈਡੀ ਕਰਕੇ ਫਿਰ ਕਾਰ ਮੰਗੋ ਮਤਲਬ ਕੋਸ਼ਿਸ਼ ਢੇੜੀ ਆ ਨਾ ਸਟੈਪ ਬਾਈ ਸਟੈਪ ਕਰੋ ਤੁਹਾਨੂੰ ਪ੍ਰੂਵ ਕਰਨਾ ਹੋਏਗਾ ਕਿ ਜੋ ਤੁਸੀਂ ਮੰਗ ਰਹੇ ਹੋ ਵਾਕਿਆ ਹੀ ਤੁਹਾਨੂੰ ਉਹ ਚਾਹੀਦਾ ਹੈ ਵਾਕਿਆ ਹੀ ਤੁਹਾਡੀ ਉਹ ਇੱਛਾ ਹੈ ਵਾਕਿਆ ਹੀ ਤੁਸੀਂ ਉਸ ਯੋਗ ਮਤਲਬ ਡੱਬਾ ਲੈ ਆਂਦਾ ਹੈ ਆ ਰਮਿਲੇ ਆਂਦੀ ਆ ਤੇ ਹੁਣ ਤੁਸੀਂ ਕਹੋ ਕਿ ਪ੍ਰਭੂ ਇਹਨੂੰ ਆਟੇ ਨਾਲ ਭਰੋ ਪ੍ਰਭੂ ਇਹਨੂੰ ਦਾਣਿਆਂ ਨਾਲ ਭਰੋ ਸਮਝ ਰਹੇ ਹੋ ਤੁਸੀਂ ਪਰ ਤੁਸੀਂ ਕੋਈ ਇੰਤਜ਼ਾਮ ਨਹੀਂ ਕਰ ਰਹੇ ਤੁਸੀਂ ਕੋਈ ਉਹ ਇਹੋ ਜਿਹਾ ਪ੍ਰੂਵ ਨਹੀਂ ਕਰ 파 ਰਹੇ ਜ਼ਾਹਿਰੀ ਨਹੀਂ ਕਰ ਰਹੇ ਕਿ ਤੁਸੀਂ ਚਾਹੁੰਦੇ ਆ ਫਿਰ ਐਸੇ ਕਰਕੇ ਪ੍ਰਾਰਥਨਾ ਮਤਲਬ ਉੱਤਰ ਨਹੀਂ ਆਉਂਦਾ ਜਦੋਂ ਬੱਚਾ ਛੋਟਾ ਹੁੰਦਾ ਆ ਤੁਸੀਂ ਉਹਨੂੰ ਖੇਡਣ ਵਾਲੀ ਕਾਰ ਲੈ ਕੇ ਦਿੰਨੇ। ਪਰ ਜਦੋਂ ਉਹ ਨੌਜਵਾਨ ਹੋ ਜਾਂਦਾ ਔਰ ਉਹ ਪ੍ਰੂਫ ਕਰ ਦਿੰਦਾ ਆ ਕਿ ਹੁਣ ਉਹ ਯੋਗ ਆ ਕਿਉਂ ਵੱਡੀ ਗੱਡੀ ਚਲਾ ਸਕਦਾ ਆ। ਤੁਸੀਂ ਉਦੋਂ ਉਹਨੂੰ ਲੈ ਕੇ ਦਿੰਨੇ ਕਿ ਛੋਟੇ ਜਿਹੇ ਨੂੰ ਤੁਸੀਂ ਵੱਡੀ ਗੱਡੀ ਦਾ ਸਟੀਅਰਿੰਗ ਫੜਾ ਦਿੰਨੇ ਆ। ਛੋਟੀਆਂ-ਛੋਟੀਆਂ ਕੁੜੀਆਂ ਕਹਿਣਗੀਆਂ ਮੈਂ ਰੋਟੀ ਪਕਾਉਣੀ, ਮੈਂ ਰੋਟੀ ਪਕਾਉਣੀ। ਕੀ ਮਾਂ ਰਜਾਈ ਚ ਜਾ ਕੇ ਬੈਠ ਚੁਗੀ ਦੋ ਸਾਲ ਦੀ ਕੁੜੀ ਨੂੰ ਕਹੂਗੀ ਜਾ ਲਾ ਲਿਆ ਰੋਟੀ ਨਹੀਂ ਉਹਨੂੰ ਪਤਾ ਆ ਇਹਦੇ ਹੱਥ ਸੜ ਸਕਦੇ ਆ ਨੁਕਸਾਨ ਹੋ ਸਕਦਾ ਆ ਪਰ ਜਦੋਂ ਬੱਚਾ ਪ੍ਰੂਵ ਕਰਦਾ ਆ ਕਿ ਹੁਣ ਉਹ ਕਾਬਿਲ ਹੋ ਚੁੱਕਿਆ ਆ ਤੇ ਫੇਰ ਸਾਰੀਆਂ ਚੀਜ਼ਾਂ ਉਹਨੂੰ ਮਿਲਦੀਆਂ ਵੀ ਆ ਤੇ ਉਹਦੇ ਜੀਵਨ ਚ ਪੂਰੀਆਂ ਵੀ ਹੁੰਦੀਆਂ ਆ ਇਦਾਂ ਹੀ ਅਗਰ ਤੁਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ ਹੈ ਜਾਂ ਛੱਡਣਾ ਹੈ ਤੁਹਾਨੂੰ ਪ੍ਰੂਵ ਕਰਨਾ ਹੋਊਗਾ ਕਿ ਤੁਸੀਂ ਕਾਬਿਲ ਬਣ ਚੁੱਕੇ ਹੋ ਮੰਨ ਲਓ ਤੁਸੀਂ ਗੁੱਸੇ ਤੇ ਹੀ ਨਜ਼ਾਤ ਪਾਉਣੀ ਆ ਕਈਆਂ ਨੂੰ ਗਲ-ਗਲ ਤੇ ਗੁੱਸਾ ਆ ਜਾਂਦਾ ਹੈ ਤੁਸੀਂ ਗੁੱਸੇ ਤੇ ਹੀ ਨਜ਼ਾਤ ਪਾਉਣੀ ਆ ਤੁਸੀਂ 2-4 ਵਾਰੀ ਕੰਟਰੋਲ ਤਾਂ ਕਰਕੇ ਵਿਖਾਓ ਅਗਰ 5 ਵਾਰੀ ਦੇ ਵਿੱਚ ਤੁਸੀਂ 3 ਵਾਰੀ ਕੰਟਰੋਲ ਕਰ ਲਿਆ ਪਰ 2 ਵਾਰੀ ਨਹੀਂ ਹੋ ਸਕਿਆ ਤੁਸੀਂ ਮੰਗੋ ਕਿ ਪ੍ਰਭੂ ਮੈਨੂੰ ਇਹ 2 ਵਾਰੀ ਵੀ ਜਿਹੜਾ ਮੈਂ ਫੇਲ ਹੋਇਆ ਆ ਮੈਂ ਨਹੀਂ ਹੋਣਾ ਚਾਹੁੰਦਾ ਮੈਂ 5 ਵਾਰੀ ਹੀ ਕੰਟਰੋਲ ਦੇ ਵਿੱਚ ਰਹਿਣਾ ਚਾਹੁੰਦਾ ਆ ਉਹ ਜ਼ਰੂਰ ਕਿਰਪਾ ਕਰੇਗਾ ਕਿ ਤੁਸੀਂ 5 ਵਾਰੀ ਕਾਮਯਾਬ ਹੋਵੋ ਪਰ ਜੇ ਜੇਕਰ ਤੁਸੀਂ ਕਹਿ ਰਹੇ ਹੋ ਕਿ ਮੈਂ ਗੁੱਸਾ ਛੱਡਣਾ ਆ ਹੁਣੇ ਕਿਸੇ ਨੇ ਗੱਲ ਕੀਤੀ ਹੁਣੇ ਤੁਸੀਂ ਸਿਰ ਪਾੜਨ ਨੂੰ ਤਿਆਰ ਹੋ ਗਏ ਔਰ ਫਿਰ ਤੁਸੀਂ ਉਹਦਾ ਸਾਰਾ ਕੰਮ ਕਰਕੇ ਸਿਰ ਪਾੜ ਕੇ ਫਿਰ ਤੁਸੀਂ ਕਹਿ ਰਹੇ ਹੋ ਪ੍ਰਭੂ ਮੈਂ ਗੁੱਸਾ ਛੱਡਣਾ ਚਾਹੁੰਨਾ ਆ ਤੁਸੀਂ ਘਰ ਵਾਲੀ ਨੂੰ ਕੁੱਟ ਕੇ ਨਿਆਣਿਆਂ ਨੂੰ ਕੁੱਟ ਕੇ ਤੁਸੀਂ ਕਹਿ ਰਹੇ ਹੋ ਮੈਂ ਗੁੱਸਾ ਛੱਡਣਾ ਚਾਹੁੰਨਾ ਆ ਪਤੀ ਨੂੰ ਤੁਸੀਂ ਮੰਦਾ ਬਣ ਚੰਗਾ ਬੋਲ ਕੇ ਤੁਸੀਂ ਗੋਡੇ ਟੇਕ ਕੇ ਕਹਿ ਰਹੀਆਂ ਹੋ ਕਿ ਅਸੀਂ ਗੁੱਸਾ ਛੱਡਣਾ ਚਾਹੁੰਦੀਆਂ ਆ ਸਾਡੀ ਮਦਦ ਕਰ ਇਦਾਂ ਕੁਝ ਨਹੀਂ ਹੁੰਦਾ हां बार झगड़े दा माहौल है ਤੁਹਾਡੇ ਆਊਟ ਆਫ ਕੰਟਰੋਲ ਹੋ ਰਹੀ ਹੈ ਸਿਚੁਏਸ਼ਨ ਤੁਸੀਂ ਉਸ ਜਗ੍ਹਾ ਤੋਂ ਮੂਵ ਕਰੋ ਔਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਓ ਔਰ ਕਹੋ ਕਿ ਪ੍ਰਭੂ ਮੈਨੂੰ ਕੰਟਰੋਲ ਦੀ ਜ਼ਰੂਰਤ ਹੈ ਪ੍ਰਭੂ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਮੇਰੀ ਮਦਦ ਕਰੋ ਉਸ ਵੇਲੇ ਤੁਸੀਂ ਅਜਮਾਇਸ਼ 'ਚ ਹੋ ਉਸ ਵੇਲੇ ਤੁਸੀਂ ਪਰਤਾਵੇ ਵਿੱਚ ਹੋ ਉਸ ਵੇਲੇ ਤੁਸੀਂ ਦੁਰਬਲਤਾਈ ਦੇ ਵਿੱਚ ਹੋ ਔਰ ਉਸ ਵੇਲੇ ਪੁਕਾਰੋ ਔਰ ਉਹ ਜ਼ਰੂਰ ਤੁਹਾਡੀ ਮਦਦ ਕਰੇਗਾ ਹallelujah ਪਰ ਸਭ ਕੁਝ ਕਰ ਕੱਤਰ ਕੇ ਫੇਰ ਆਣ ਕੇ ਮਤਲਬ ਇਹ ਚੀਜ਼ ਨਾ ਬਹੁਤ ਮਸ਼ਹੂਰ ਆ ਕਿ ਮੋਸਟਲੀ ਆਪਣੇ ਲੋਕੀ ਜਿਹੜੇ ਆ ਉਹ ਕੰਮ ਕਰਕੇ ਫੇਰ ਸੋਚਦੇ ਆ ਤਾਂ ਇਹ ਫਾਰਮੂਲਾ ਹਰ ਜਗ੍ਹਾ ਤੇ ਨਹੀਂ ਚੱਲਦਾ ਹਾਸੇ ਮੁਸ਼ਕੂਲੇ ਦੇ ਵਿੱਚ ਠੀਕ ਆ ਕਿ ਅੱਛਾ ਜੀ ਕੰਮ ਕਰਕੇ ਸੋਚਿਆ ਤਾਂ ਪਰ ਜੇ ਅਗਲੇ ਦਾ ਸਿਰ ਪਾੜ ਕੇ ਤੁਸੀਂ ਸੋਚੋ ਨਹੀਂ ਨਹੀਂ ਮੈਨੂੰ ਪਾੜਨਾ ਨਹੀਂ ਸੀ ਚਾਹੀਦਾ ਇਹਦਾ ਸਿਰ ਮੈਨੂੰ ਇਹਦੀਆਂ ਲੱਤਾਂ ਨਹੀਂ ਤੋੜਨੀਆਂ ਚਾਹੀਦੀਆਂ ਸੀ ਮੈਨੂੰ ਇਹਨੂੰ ਗਾਲ ਨਹੀਂ ਕੱਢਣੀ ਚਾਹੀਦੀ ਸੀ ਮੈਨੂੰ ਇਹ ਕਤਲ ਨਹੀਂ ਕਰਨਾ ਚਾਹੀਦਾ ਸੀ ਹੁਣ ਤਾਂ ਹੋ ਗਿਆ ਹੁਣ ਤਾਂ ਭੁਗਤਣਾ ਪਊਗਾ ਹਰ ਜਗ੍ਹਾ ਤੇ ਸੇਮ ਫਾਰਮੂਲੇ ਲੱਗੂ ਨਹੀਂ ਹੁੰਦੇ ਇਹ ਤਾਂ ਜਦੋਂ ਤੇਰੇ ਅੰਦਰ ਹੋ ਰਿਹਾ ਹੈ ਕੁਛ ਉਦੋਂ ਤੂੰ ਦੁਰਬਲਤਾਈ ਦੇ ਅੰਦਰ ਅਰ ਦੁਰਬਲਤਾਈ ਦੇ ਅੰਦਰ ਪੁਕਾਰ ਪਰਮੇਸ਼ਵਰ ਨੂੰ ਕਿ ਮੇਰੀ ਮਦਦ ਕਰੋ ਪ੍ਰਭੂ ਮੈਂ ਇਸ ਚੀਜ਼ ਤੋਂ ਛੁੱਟਣਾ ਚਾਹਨਾ ਹੈ ਮੈਂ ਇਸ ਚੀਜ਼ ਤੋਂ ਆਜ਼ਾਦ ਹੋਣਾ ਚਾਹਨਾ ਹੈ ਮੈਂ ਕਾਬਿਲ ਬਣ ਰਿਹਾ ਹਾਂ ਮੈਂ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹਾਂ ਅਰ ਉਸ ਜਗ੍ਹਾ ਤੋਂ ਭੱਜੋ ਯੂਸਫ ਭਜਿਆ ਨਾ ਜਦੋਂ ਜੂਲੇਖ ਨੇ ਉਹਨੂੰ ਆਪਣੇ ਜਾਲ 'ਚ ਫਸਾਉਣਾ ਚਾਹਿਆ ਉਹ ਉੱਥੇ ਰੁੱਕ ਕੇ ਨਹੀਂ ਉਹਨੂੰ ਸਮਝਾ ਰਿਹਾ ਤੂੰ ਮੇਰੀਆਂ ਮਾਵਾਂ ਵਰਗੀਆਂ ਦੇਖ ਤੂੰ ਮੈਨੂੰ ਹੱਥੀਂ ਪਾਲਿਆ ਤੈਂ ਮੈਨੂੰ ਜਵਾਨ ਕੀਤਾ ਮੈਂ ਤੇਰੇ ਪੁੱਤਾਂ ਵਰਗਾ ਆ ਉਹ ਉਸ ਸਿਚੁਏਸ਼ਨ ਦੇ ਵਿੱਚ ਰੁਕਿਆ ਨਹੀਂ ਉੱਥੋਂ ਭੱਜਾ ਕਈ ਵਾਰੀ ਸਾਨੂੰ ਉਹਨਾਂ ਸਿਚੁਏਸ਼ਨ ਤੋਂ ਭੱਜਣਾ ਪੈਂਦਾ ਆ ਤਦ ਹੀ ਸਾਡਾ ਛੁਟਕਾਰਾ ਆ ਕਈ ਲੋਕੀ ਬਹੁਤ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਆ ਪਰ ਉਸ ਸਿਚੁਏਸ਼ਨ ਦੇ ਵਿੱਚ ਖਲੋ ਕੇ ਲੈਕਚਰ ਕਰਨ ਲੱਗ ਜਾਂਦੇ ਆ ਔਰ ਫਿਰ ਐਸੇ ਫਸਦੇ ਆ ਕਿ ਕੋਈ ਰਾਹ ਨਹੀਂ ਬਣਦਾ ਉਹਨਾਂ ਦੇ ਨਿਕਲਣ ਦਾ ਕਿਉਂਕਿ ਉਹ ਗਿਣੇ ਜਾਂਦੇ ਆ ਕਿ ਇਹ ਉੱਥੇ ਮੌਜੂਦ ਸੀ ਪਰ ਕਈ ਜਗ੍ਹਾ ਇਹੋ ਜਿਹੇ ਆ ਜਿੱਥੋਂ ਭੱਜਣਾ ਹੀ ਅਕਲਮੰਦੀ ਆ ਜ਼ਰੂਰੀ ਆ ਉੱਥੋਂ ਭੱਜਣਾ ਸੋ ਸਾਨੂੰ ਸਮਝਦੇ ਨਾਲ ਵੀ ਚੱਲਣਾ ਹੋਊਗਾ ਅਗਰ ਅਸੀਂ ਪਰਮੇਸ਼ਵਰ ਨੂੰ ਮੰਨਦੇ ਆ ਤਾਂ ਸਾਨੂੰ ਸਮਝਦੇ ਨਾਲ ਚੱਲਣਾ ਹੋਊਗਾ ਕਈ ਵਾਰੀ ਅਸੀਂ ਓਵਰ ਕੌਨਫੀਡੈਂਟ ਹੋ ਜਾਂਦੇ ਹਾਂ ਜ਼ਰੂਰਤ ਨਾਲੋਂ ਜ਼ਿਆਦਾ ਆਪਣੇ ਆਪ ਉੱਤੇ ਭਰੋਸਾ ਕਰਕੇ ਅਸੀਂ ਫਸ ਜਾਂਦੇ ਆ ਅਸੀਂ ਕਹਿੰਨੇ ਕਿ ਮੈਨੂੰ ਬਹੁਤ ਸਮਝ ਆ ਮੈਂ ਬਹੁਤ ਟ੍ਰੇਨਡ ਆ ਮੈਂ ਤਾਂ ਪਰਮੇਸ਼ਵਰ ਨੂੰ ਬਹੁਤ ਮੰਨਦਾ ਆ ਕੋਈ ਚੱਕਰ ਨਹੀਂ ਪਰ ਚੇਤਾ ਰੱਖੋ ਤੁਸੀਂ ਪਰਮੇਸ਼ਵਰ ਨੂੰ ਮੰਨਦੇ ਆ ਤੇ ਪਰਮੇਸ਼ਵਰ ਨੇ ਤੁਹਾਨੂੰ ਅਕਲ ਦਿੱਤੀ ਆ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ ਕਿ ਦਿਮਾਗ ਨਾਮ ਦੀ ਇੱਕ ਚੀਜ਼ ਆ ਉਹ ਸਾਨੂੰ ਵਰਤਣ ਲਈ ਦਿੱਤੀ ਗਈ ਆ ਜੇ ਸਾਂਭਾਂਗੇ ਤਾਂ ਨੁਕਸਾਨ ਆ ਵਰਤਾਂਗੇ ਤੇ ਫਾਇਦਾ ਆ আর ਵਰਤਣ ਵਾਲੇ ਨੂੰ ਉਹ ਹੋਰ ਵੀ ਵਧਾ ਕੇ ਦਿੱਤਾ ਜਾਂਦਾ ਆ ਹਾਲੇਲੂਇਆ ਤੋ ਕਹਿੰਦਾ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ ਪ੍ਰਭੂ ਯਿਸੂ ਮਸੀਹ ਸਾਡੇ ਵਾਂਗ ਬਹੁਤ ਵੱਡੀ ਟੈਂਪਟੇਸ਼ਨਸ ਦੇ ਵਿੱਚ ਪਏ ਬਹੁਤ ਵੱੜੀ ਪ੍ਰਤਾਵੀਆਂ ਦੇ ਵਿੱਚ ਪਏ ਪਰਤਾਏ ਗਏ ਪਰ वचन ਕੀ ਦੱਸਦਾ ਕਹਿੰਦਾ ਉਹ ਪਾਪ ਤੋਂ ਰਹਿਤ ਰਿਹਾ ਉਹ ਪਾਪ ਵਿੱਚ ਨਹੀਂ ਪਿਆ ਉਹ পাপ ਤੋਂ ਬਚਿਆ ਰਿਹਾ ਬਹੁਤ ਪ੍ਰਤਾਵੇ ਆਏ ਪ੍ਰਭੂ ਯਿਸੂ ਮਸੀਹ ਦਿੱਤੇ ਤੁਸੀਂ ਦੇਖੋ ਜਿੱਥੇ ਮਰਜੀ ਗਿਆ ਜਿਹੜੇ ਸੀ ਗ੍ਰੰਥੀ ਫ੍ਰੀ ਸੀ ਘਰ ਕੇ ਖਲੋ ਜੰਦੇ ਸੀ ਟੈਸਟ ਲੈਣਾ ਸ਼ੁਰੂ ਕਰ ਦਿੰਦੇ ਸੀਗੇ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਸੀ ਪਰ ਜਿੰਨੀ ਵਾਰੀ ਵੀ ਪ੍ਰਭੂ ਯਿਸੂ ਮਸੀਹ ਨੇ ਜਵਾਬ ਦਿੱਤਾ ਵਿਜ਼ਡਮ ਦੇ ਨਾਲ ਜਵਾਬ ਦਿੱਤਾ ਬੁੱਧ ਦੇ ਨਾਲ ਗਿਆਨ ਦੇ ਨਾਲ ਅਰ वचन ਦੇ ਮੁਤਾਬਿਕ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਨੂੰ ਪਤਾ ਸੀ ਇਹ ਮੈਨੂੰ ਫਸਾਉਣਾ ਚਾਹੁੰਦੇ ਆ ਸਵਾਲਾਂ ਦੇ ਜਾਲ ਦੇ ਨਾਲ ਇਹ ਮੈਨੂੰ ਫਸਾਉਣਾ ਚਾਹੁੰਦੇ ਆ ਇਸੇ ਲਈ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿੰਦੇ ਸੀ ਕੀ ਤੁਹਾਡੇ ਨਬੀਆਂ ਨੇ ਐਂ ਤਾਂ ਨਹੀਂ ਕਿਹਾ ਤਾਂ ਜੋ ਉਹ ਉਹਨਾਂ ਨੂੰ ਚੇਤਾ ਕਰਾਵੇ ਕਿ نبی ਆਹ ਹੀ ਗੱਲ ਕਰਦੇ ਸੀ ਮੈਂ ਉਸੇ ਹੀ ਗੱਲ ਨੂੰ ਪੂਰਾ ਕਰ ਰਿਹਾ ਆਂ ਸੋ ਅਸੀਂ ਉਸੇ ਨੂੰ ਫਾਲੋ ਕਰਦੇ ਆਂ ਔਰ ਫਾਲੋ ਕਰਨ ਦਾ ਮਤਲਬ ਸਿਰਫ ਉਹਦਾ ਨਾਮ ਜਪਣਾ ਨਹੀਂ ਹੁੰਦਾ ਫਾਲੋ ਕਰਨ ਦਾ ਮਤਲਬ ਹੁੰਦਾ ਕਿ ਜੋ ਉਹਨੇ ਕੀਤਾ ਅਸੀਂ ਵੀ ਉਹੀ ਕਰਨਾ ਆਂ ਕਿ ਪ੍ਰਭੂ ਯਿਸੂ ਮਸੀਹ ਨੇ ਅਗਨ ਵਚਨ ਅਗਰ ਵਚਨ ਦੇ ਰਾਈ ਜਵਾਬ ਦਿੱਤਾ ਤੇ ਉਹਨੂੰ ਉਹ ਵਚਨ ਕਿੱਦਾਂ ਆਇਆ ਉਹ ਵਚਨ ਨੂੰ ਪੜਨ ਵਾਲੇ ਸੀਗੇ ਤੇ ਅਸੀਂ ਅਸੀਂ ਅਗਰ ਸਿਰਫ ਯੇਸੂ 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 ਕਰੀ ਜਾਵਾਂਗੇ ਤਾਂ ਬੇੜਾ ਬੰਨੇ ਨਹੀਂ ਜਾ ਲੱਗਣਾ ਜੇ ਸ ਪ੍ਰਭੂ ਯੇਸੂ ਮਸੀਹ ਦਾ ਅਸੀਂ ਨਾਮ ਜਪਦੇ ਹਾਂ ਉਹ ਪ੍ਰਭੂ ਯੇਸੂ ਮਸੀਹ ਪ੍ਰਾਰਥਨਾ ਵੀ ਕਰਦੇ ਸੀ ਉਹ ਪ੍ਰਭੂ ਯੇਸੂ ਮਸੀਹ ਹਫਤੇ ਪਿੱਛੋਂ ਹੈਕਲ ਦੇ ਵਿੱਚ ਵੀ ਜ਼ਰੂਰ ਜਾਂਦੇ ਸੀ ਔਰ ਉਹ ਪ੍ਰਭੂ ਯੇਸੂ ਮਸੀਹ ਵਚਨ ਵੀ ਪੜ੍ਹਦੇ ਸੀ ਤੇ ਜੀਐਸਸੀ ਉਸੇ ਦੇ ਚੇਲੇ ਆ ਤੇ ਫਿਰ ਆਪਣੇ ਗੁਰੂ ਨੂੰ ਫੋਲੋ ਕਰਨਾ ਸਾਡਾ ਧਰਮ ਬਣਦਾ ਆ ਜ਼ਰੂਰੀ ਹੈ ਕਿ ਅਸੀਂ ਫੋਲੋ ਕਰੀਏ ਜੇ ਦਾ ਨਾਮ ਲੈ ਕੇ ਨਵਡੇ ਕੰਮ ਹੁੰਦੇ ਆ ਅਗਰ ਉਹਨੂੰ ਪ੍ਰਾਰਥਨਾ ਦੀ ਤਿਆ ਤੇ ਸਾਨੂੰ ਕਿੰਨੀ ਜਿਆਦੀ ਆ ਅਗਰ ਉਹ ਵਚਨ ਪੜ ਕੇ ਵੈਰੀ ਦਾ ਸਾਹਮਣਾ ਕਰਦਾ ਆ ਉਹਦਾ ਖੁਦ ਵਚਨ ਹੀ ਆ ਤਾਂ ਸਾਨੂੰ ਬਚਨ ਦੇ ਗਿਆਨ ਦੀ ਕਿੰਨੀ ਜ਼ਿਆਦਾ ਜ਼ਰੂਰਤ ਆ ਇਸ ਲਈ ਸਾਨੂੰ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ ਸਮਝਣੀਆਂ ਪੈਣਗੀਆਂ ਔਰ ਸਹੀ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਸਾਨੂੰ ਕਾਬਿਲ ਸਿੱਧ ਹੋਣਾ ਹੋਊਗਾ ਸੋ ਆਓ ਆਪਾਂ ਨੈਕਸਟ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ ਉਹ ਦਾ 23 ਨੰਬਰ ਅਧਿਆਏ ਉਹਦੀ 3 ਨੰਬਰ ਪੰਕਤੀ ਬੁੱਕ ਆਫ ਸਾਂ ਚੈਪਟਰ ਨੰਬਰ 23 ਵਰਸ ਨੰਬਰ 3 ਜ਼ਬੂਰਾਂ ਦੀ ਕਿਤਾਬ 23 ਨੰਬਰ ਅਧਿਆਏ ਤੇ ਉਹਦੀ 3 ਨੰਬਰ ਆਇਤ ਵਿੱਚ ਇਦਾਂ ਲਿਖਿਆ ਆ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਿਤ ਮੇਰੀ ਅਗਵਾਈ ਕਰਦਾ ਹੈ ਹਾਲੇਲੂਇਆ ਸੋ ਪਰਮੇਸ਼ਵਰ ਦਾ ਵਚਨ ਐਦਾਂ ਸਾਨੂੰ ਕਹਿੰਦਾ ਆ ਦਾਊਦ ਇਹ ਲਿਖਦਾ ਆ ਕਹਿੰਦਾ ਪਰਮੇਸ਼ਵਰ ਮੇਰੀ ਜਾਨ ਵਿੱਚ ਜਾਨ ਪਾਉਂਦਾ ਆ ਤੇ ਮੈਂ ਧਾਰਮਿਕਤਾ ਦੇ ਮਾਰਗਾਂ ਦੇ ਵਿੱਚ ਕਿੱਦਾਂ ਚੱਲਣਾ ਆ ਪਰਮੇਸ਼ਵਰ ਦੀਆਂ ਰਾਹਾਂ ਤੇ ਪਰਮੇਸ਼ਵਰ ਦੇ ਦੱਸੇ ਹੁਕਮਾਂ ਨੂੰ ਮੈਂ ਕਿੱਦਾਂ ਫਾਲੋ ਕਰਨਾ ਆ ਕਹਿੰਦਾ ਉਹ ਮੇਰੀ ਅਗਵਾਈ ਕਰਦਾ ਆ ਅਸੀਂ ਪਰਮੇਸ਼ਵਰ ਦੀਆਂ ਰਾਹਾਂ ਦੇ ਵਿੱਚ ਕਿਵੇਂ ਚੱਲਣਾ ਆ ਪਰਮੇਸ਼ਵਰ ਜੀ ਹੀ ਸਾਨੂੰ ਸਿਖਾਉਂਦੇ ਆ ਕਹਿੰਦਾ ਤੇਰੇ ਵਚਨ ਦਾ ਖੋਲਣਾ ਮੈਨੂੰ ਚਾਨਣ ਦੇ ਦਿੰਦਾ ਆ ਉਹ ਸਾਡੀਆਂ ਆਤਮਿਕ ਅੱਖਾਂ ਨੂੰ ਲੋਅ ਕਰਦਾ ਆ ਜਦੋਂ ਅਸੀਂ ਵਚਨ ਨੂੰ ਪੜ੍ਹਦੇ ਆ ਫਿਰ ਸਾਨੂੰ ਗਿਆਨ ਹਾਸਲ ਹੁੰਦਾ ਆ ਜਦੋਂ ਅਸੀਂ ਵਚਨ ਨੂੰ ਪੜ੍ਹਦੇ ਆ ਫਿਰ ਸਾਨੂੰ ਧਾਰਮਿਕਤਾ ਦੀਆਂ ਰਾਹਾਂ ਦੇ ਉੱਤੇ ਚੱਲਣ ਦਾ ਤਰੀਕਾ ਆਉਂਦਾ ਆ ਨਹੀਂ ਤਾਂ ਅਸੀਂ ਸੰਸਾਰਿਕ ਰਾਹਾਂ ਬੜਾ ਫਾਰਮੂਲਾ ਹੀ ਧਾਰਮਿਕਤਾ ਦੀਆਂ ਰਾਹਾਂ ਤੇ ਲਾਈ ਜਾਂਦੇ ਆ ਇਸੇ ਲਈ ਅਸੀਂ ਕਿਸੇ ਪਾਸੇ ਦੇ ਵੀ ਨਹੀਂ ਰਹਿੰਦੇ ਨਾ ਧਾਰਮਿਕਤਾ ਦੇ ਤੇ ਨਾ ਸੰਸਾਰਿਕਤਾ ਦੇ ਸੋ ਪਰਮੇਸ਼ਵਰ ਦੇ ਅੱਗੇ ਪੁਕਾਰੋ ਜਿੱਦਾਂ ਦਾਊਦ ਨੇ ਪੁਕਾਰਿਆ ਕਹਿੰਦਾ हे ਪਰਮੇਸ਼ਵਰ ਤੂੰ ਮੈਨੂੰ ਆਪਣਾ ਭੈ ਮੰਨਣਾ ਸਿਖਾਲ ਉਹ ਭੈ ਵਿੱਚ ਰਹਿਣਾ ਚਾਹੁੰਦਾ ਆ ਪਰ ਉਹ ਕਹਿੰਦਾ ਤੂੰ ਮੈਨੂੰ ਸਿਖਾਲ ਕੇ ਮੈਂ ਕਿੱਦਾਂ ਤੇਰੇ ਭੈ ਵਿੱਚ ਰਵਾਂ ਸੋ ਤੁਸੀਂ ਵੀ ਜੋ ਵੀ ਪਰਮੇਸ਼ਵਰ ਦੇ ਲਈ ਕਰਨਾ ਚਾਹੁੰਦੇ ਆ ਆਪਣੇ ਜੀਵਨ ਦੇ ਵਿੱਚ ਪ੍ਰਾਰਥਨਾ ਹੀ ਕਰਨਾ ਚਾਹੁੰਨੇ ਜਦਕਿ ਉਹ ਪਰਮੇਸ਼ਵਰ ਦੇ ਲਈ ਨਹੀਂ ਅਸੀਂ ਖੁਦ ਦੇ ਲਈ ਕਰਦੇ ਹਾਂ ਬਟ ਪਰਮੇਸ਼ਵਰ ਦੇ ਅੱਗੇ ਕਰਦੇ ਹਾਂ ਤਾਂ ਤੁਸੀਂ ਕਹਿ ਸਕਦੇ ਆ ਪ੍ਰਾਰਥਨਾ ਦੇ ਸਮੇਂ ਵਿੱਚ ਵੀ ਕਿ ਪਰਮੇਸ਼ਵਰ ਜੀ ਮੈਨੂੰ ਪ੍ਰਾਰਥਨਾ ਕਰਨੀ ਸਿਖਾਓ ਪ੍ਰਭੂ ਜੀ ਮੈਨੂੰ ਪ੍ਰਾਰਥਨਾ ਕਰਨੀ ਸਿਖਾਓ ਮੈਨੂੰ ਸਮਝ ਆਵੇ ਕਿ ਮੈਂ ਕਿਹੜੇ ਅੱਖਰਾਂ ਦੇ ਨਾਲ ਪ੍ਰਾਰਥਨਾ ਕਰਾਂ ਕਿ ਜਿਹੜੇ ਅੱਖਰ ਤੁਹਾਨੂੰ ਪਸੰਦ ਆ ਜਾਣ ਜਿਹੜੇ ਅੱਖਰ ਤੁਹਾਡੇ ਤੁਹਾਡੇ ਕੋਲੋਂ ਮੇਰੇ ਲਈ ਪ੍ਰਾਰਥਨਾ ਦਾ ਉੱਤਰ ਬਣ ਜਾਣ ਸੋ ਜ਼ਰੂਰੀ ਹੈ ਹੇ ਬਰੇ ਅਸੀਂ ਆਪਣੀ ਹੀ ਬੁੱਧ ਦੇ ਨਾਲ ਪ੍ਰਾਰਥਨਾ ਕਰਦੇ ਆ ਜੋ ਕਿ ਪਰਮੇਸ਼ਰ ਨੂੰ ਪਸੰਦ ਆਉਣ ਵਾਲੀ ਨਹੀਂ ਹੁੰਦੀ ਕਿਉਂਕਿ ਉਹ ਪ੍ਰਾਰਥਨਾ ਨਹੀਂ ਹੁੰਦੀ ਉਹ ਦਾਜ ਦੀ ਇੱਕ ਲਿਸਟ ਹੁੰਦੀ ਆ ਜਿਹੜੀ ਅਸੀਂ ਮੰਗ ਰਹੇ ਹੁੰਨੇ ਕਿ ਮੈਨੂੰ ਚਮਚਾ ਚਾਹੀਦਾ ਮੈਨੂੰ ਕੜਛੀ ਚਾਹੀਦੀਆਂ ਇੰਨੀਆਂ ਕੁਰਸੀਆਂ ਚਾਹੀਦੀਆਂ ਇੰਨੇ ਮੇਸ ਚਾਹੀਦੇ ਤਾਂ ਫਿਰ ਅਸੀਂ ਕਹਿੰਨੇ ਮੈਂ 2 ਘੰਟੇ ਪ੍ਰਾਰਥਨਾ ਕੀਤੀ ਇਹ ਪ੍ਰਾਰਥਨਾ ਨਹੀਂ ਆ ਇਹ ਤਾਂ ਭੁਲੇਖਾ ਆ ਪਰ ਜੇਕਰ ਅਸੀਂ ਪਰਮੇਸ਼ਵਰ ਜੀ ਦੇ ਅੱਗੇ ਬੈਠ ਕੇ ਇਹ ਕਹੀਏ ਕਿ ਪਵਿੱਤਰ ਆਤਮਾ ਜੀ ਆਪਣਾ ਕਰੰਚ ਸਾਡੀ ਮਦਦ ਕਰੋ ਪਰਮੇਸ਼ਵਰ ਜੀ ਮੈਨੂੰ ਪ੍ਰਾਰਥਨਾ ਕਰਨੀ ਸਿਖਾਓ ਪਵਿੱਤਰ ਆਤਮਾ ਜੀ ਮੈਨੂੰ ਪ੍ਰਾਰਥਨਾ ਕਰਨੀ ਸਿਖਾਓ ਅਰ ਤੁਸੀਂ ਦੇਖੋ ਥੋੜੇ ਦਿਨਾਂ ਵਿੱਚ ਹੀ ਤੁਹਾਡੀ ਪ੍ਰਾਰਥਨਾ ਬਦਲ ਜਾਏਗੀ ਉਹ ਧੰਨਵਾਦ ਵਾਲੀ ਹੋ ਜਾਏਗੀ ਉਹ ਸੈਟੀਸਫੈਕਸ਼ਨ ਵਾਲੀ ਹੋਏਗੀ ਦੁਸ਼ਟੀ ਵਾਲੀ ਹੋਏਗੀ ਹੋ ਸਕਦਾ ਕਿ ਤੁਸੀਂ ਨਿਰਸ਼ਬਦ ਹੋ ਜੋ ਹੋ ਸਕਦਾ ਕਿ ਤੁਸੀਂ ਪ੍ਰਾਰਥਨਾ ਕਰਨ ਬੈਠੋ ਤੇ ਮੂੰਹ ਵਿੱਚੋਂ ਕੋਈ ਸ਼ਬਦ ਹੀ ਨਾ ਨਿਕਲੇ ਇਹ ਵੀ ਇੱਕ ਪ੍ਰਾਰਥਨਾ ਹੀ ਆ ਕਿ ਤੁਸੀਂ ਨਿਰਸ਼ਬਦ ਹੋ ਜੰਨੇ ਆ ਕਿਉਂਕਿ ਉੱਥੇ ਫਿਰ ਉਹ ਆਪ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ ਪਰ ਬਾੜੀ ਵਰੀ 2-2 ਘੰਟੇ ਪਰਮੇਸ਼ਵਰ ਦੀ ਹਜ਼ੂਰੀ 'ਚ ਜਾਣਾ 3-3 ਘੰਟੇ ਜਾਣਾ 4-4 ਘੰਟੇ ਜਾਣਾ ਪਰ ਵਨ ਸਾਈਡਿਡ ਲਵ ਹੈ ਏਈ ਕਈ ਜਣਾ ਮੈਂ ਤੈਨੂੰ ਪਿਆਰ ਕਰਦਾ ਆ ਮੈਂ ਤੇਰੇ ਅੱਗੇ ਆਇਆ ਆ ਮੈਂ ਤੈਨੂੰ ਆ ਕਿਹਾ ਮੈਂ ਤੈਨੂੰ ਆ ਗਿਆ ਉਹ ਕੀ ਕਹਿੰਦਾ ਉਹਨੂੰ ਚਾਂਸ ਹੀ ਨਹੀਂ ਦੇਣਾ ਤੇ ਫਿਰ ਆਣ ਕੇ ਕਹਿੰਗੇ ਪਾਸਟਰ ਜੀ ਅਸੀਂ ਤਾਂ 4 ਘੰਟੇ ਪ੍ਰਾਰਥਨਾ ਕਰਦੇ ਸਾਡੇ ਨਾਲ ਨਹੀਂ ਪੁੱਤਰ ਆਤਮਾ ਗੱਲਾਂ ਕਰਦਾ ਤੁਸੀਂ ਬੋਲਣ ਦਿਨੇ ਉਹਨੂੰ 3 ਘੰਟੇ ਜਾਓ 4 ਘੰਟੇ ਜਾਓ ਸਾਰਾ ਦਿਨ ਰੋ ਪਰ ਵਨ ਸਾਈਡਡ ਟਾਕ ਇਅਰ ਇੱਕ ਪਾਸੇ ਦੀਆਂ ਹੀ ਗੱਲਾਂ ਆ ਵਚਨ ਕੇ ਕਹਿੰਦਾ ਕਹਿੰਦਾ ਤੇਰਾ ਬੋਲਣਾ ਪਰਮੇਸ਼ਵਰ ਦੇ ਅੱਗੇ ਘੱਟ ਹੀ ਹੋਣਾ ਚਾਹੀਦਾ ਥੋੜਾ ਹੀ ਹੋਵੇ ਪਰ ਅਸੀਂ ਕੰਨਾ ਸੁਣਨ ਵਿੱਚ ਕਾਲੇ ਤੇ ਬੋਲਣ ਵਿੱਚ ਧੀਰੇ ਹੋਵੋ ਤੇ ਅਸੀਂ ਬੋਲਣ ਵਿੱਚ ਕਾਲੇ ਤੇ ਸੁਣਨ ਵਿੱਚ ਧੀਰੇ ਜਹ ਹੈ ਹੀ ਨਹੀਂ ਸੁਣਨ ਦੀ ਕੌਣ ਵੇਟ ਕਰਦਾ ਆ ਬੋਲ ਯਿਸੂ ਮਸੀਹ ਕੀ ਜੈ ਯਿਸੂ ਮਸੀਹ ਦੇ ਨਾਮ ਚ ਆਮੀਨ ਤੇ ਚੱਲ ਹੋ ਗਏ ਹੋ ਗਏ ਹੋ ਗਏ ਇਨਾ ਇੰਤਜ਼ਾਰ ਕੌਣ ਕਰੇ ਇੱਥੇ ਤਾਂ ਬੋਲਣ ਨੂੰ ਟਾਈਮ ਨਹੀਂ ਨਿਕਲਦਾ ਸੁਣਨ ਦਾ ਟਾਈਮ ਕਿਹਦੇ ਕੋਲ ਆ ਤਾਂ ਇਹ ਤੁਹਾਡੇ ਵਿੱਚ ਹੀ ਪ੍ਰੋਬਲਮ ਆ ਅਗਰ ਤੁਹਾਨੂੰ ਸੁਣਦਾ ਨਹੀਂ ਟਾਈਮ ਦਿਓ ਉਹ ਬੋਲੇਗਾ ਵੀ ਤੇ ਤੁਹਾਨੂੰ ਸੁਣੇਗਾ ਵੀ ਬੁੱਕ ਆਫ ਹੀਬਰੀਅੂ ਚੈਪਟਰ ਨੰਬਰ 2 ਸੈਕੰਡ ਵਰਸ 18 ਇਬਰਾਨੀਆ ਦੀ ਕਿਤਾਬ 2 ਨੰਬਰ ਅਧਿਆਏ 18 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਕਿਉਂਕਿ ਜਦੋਂ ਉਸਨੇ ਆਪ ਹੀ ਪਰਤਾਵੇ ਵਿੱਚ ਪੈ ਕੇ ਦੁੱਖ ਚੱਲਿਆ ਤਾਂ ਉਹ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸਕਦਾ ਹੈ ਜਿਹੜਾ ਆਪ ਕਲਾਕਾਰ ਆ ਉਹੀ ਦੂਜੇ ਨੂੰ ਕਲਾਕਾਰੀ ਸਿਖਾ ਸਕਦਾ ਆ ਜਿਹੜਾ ਆਪ ਗਿਆਨੀ ਆ ਉਹੀ ਦੂਜੇ ਨੂੰ ਗਿਆਨ ਦੇ ਸਕਦਾ ਆ ਪਰ ਜਿਹਦੇ ਕੋਲੇ ਆਪ ਕਲਾ ਹੈ ਨਹੀਂ ਜਿਹਦੇ ਕੋਲੇ ਗਿਆਨ ਹੈ ਨਹੀਂ ਉਹ ਦੂਜੇ ਦੀ ਵੀ ਮਦਦ ਨਹੀਂ ਕਰ ਸਕਦਾ ਉਹ ਦੂਜੇ ਨੂੰ ਵੀ ਜਾਚ ਨਹੀਂ ਸਿਖਾ ਸਕਦਾ ਜਿੰਨੂੰ ਆਪ ਨੂੰ ਬਾੜੇ ਨਹੀਂ ਆਉਂਦੇ ਉਹ ਦੂਜੇ ਨੂੰ ਬਾੜੇ ਕਿਦਾਂ ਸਿਖਾਊਗਾ ਜੇ ਨੂੰ ਆਪ ਅੰਗਰੇਜ਼ੀ ਬੋਲਣੀ ਨਹੀਂ ਉਹ ਦੂਜੇ ਨੂੰ ਅੰਗਰੇਜ਼ੀ ਬੋਲਣੀ ਕਿੱਦਾਂ ਸਿਖਾਊਗਾ ਇਸ ਲਈ ਉਹ ਪਰਮੇਸ਼ਰ ਉਹਨੇ ਆਪ ਪਰਤਾਵੇ ਝੱਲੇ ਪ੍ਰਭੂ ਯਿਸੂ ਮਸੀਹ ਨੇ ਤੇ ਉਹ ਸਾਨੂੰ ਇਹਨਾਂ ਪਰਤਾਵਿਆਂ 'ਚੋਂ ਨਿਕਲਣਾ ਵੀ ਸਿਖਾਉਂਦਾ ਹੈ ਕਿਉਂਕਿ ਉਹ ਪਰਤਾਵਿਆਂ ਦੇ ਵਿੱਚੋਂ ਦੀ ਨਿਕਲਿਆ ਕਾਮਯਾਬੀ ਦੇ ਨਾਲ ਤੇ ਸਾਨੂੰ ਵੀ ਉਸੇ ਤਰ੍ਹਾਂ ਉਹੋ ਪਰਤਾਵਿਆਂ 'ਚੋਂ ਨਿਕਲਣ ਦਾ ਰਾਹ ਦੱਸਦਾ ਹੈ ਅਸੀਂ ਆਪਣੀਆਂ ਕੋਸ਼ਿਸ਼ਾਂ ਕਰਦੇ ਆਂ ਇਸੇ ਲਈ ਜ਼ਿਆਦਾਤਰ ਅਸੀਂ ਫੇਲ ਹੋ ਜਾਂਦੇ ਆਂ ਪਰ ਜੇਕਰ ਅਸੀਂ ਕਿਸੇ ਤਜਰਬੇਕਾਰ ਦੇ ਵੱਲ ਦੇਖੀਏ ਮੰਨ ਲਓ ਕਈ ਵਾਰ ਕੀ ਹੁੰਦਾ ਕੋਈ ਚੀਜ਼ ਨਾ ਉਲਝ ਜਾਂਦੀ ਆਂ ਅਗਰ ਤੁਸੀਂ ਕਿਸੇ ਤਜਰਬੇਕਾਰ ਨੂੰ ਪੁੱਛੋ ਜਿਨਨੇ ਉਹ ਕੰਮ ਪਹਿਲਾਂ ਕੀਤਾ ਹੋਇਆ ਹੋਵੇ ਉਹ ਤੁਹਾਨੂੰ ਜਾਂਚ ਦੱਸੂਗਾ ਉਹ ਮਿੰਟਾਂ 'ਚ ਹੀ ਕੰਮ ਹੋ ਜਾਣਾ ਜਿੰਨਾ ਮਰਜ਼ੀ ਉਲਝਿਆ ਹੋਇਆ ਹੋਵੇ ਜਿੰਨਾ ਮਰਜ਼ੀ ਤੁਹਾਨੂੰ ਔਖਾ ਲੱਗ ਰਿਹਾ ਮੰਨ ਲਓ ਤੁਸੀਂ ਕੋਈ ਸਵਾਲ ਹੀ ਕੱਢਣ ਦੇ ਆ ਉਹ ਸਵਾਲ ਦਾ ਜਵਾਬ ਨਹੀਂ ਆ ਰਿਹਾ ਪਰ ਤੁਸੀਂ ਜਿਨੇ ਉਹ ਸਵਾਲ ਪਹਿਲਾਂ ਕੱਢਿਆ ਭਾਵੇਂ ਤੁਹਾਡੀ ਜਮਾਤ ਦਾ ਹੋਵੇ ਤੁਹਾਡਾ ਹੀ ਹਾਨੀ ਹੋਵੇ ਜਿਨੇ ਉਹ ਸਵਾਲ ਕੱਢ ਲਿਆ ਜਦੋਂ ਤੁਸੀਂ ਉਹਦੇ ਕੋਲ ਜਾਓਗੇ ਉਹਨੇ ਤੁਹਾਨੂੰ ਦੱਸਣਾ ਤੁਹਾਡੇ ਉਸੇ ਵੇਲੇ ਸਹੀ ਜਵਾਬ ਨਿਕਲ ਆਉਣੇ ਹੈ ਕਿਉਂਕਿ ਉਹ ਤੁਹਾਡੇ ਤੋਂ ਪਹਿਲਾਂ ਹੱਲ ਕਰ ਚੁੱਕਿਆ ਹੈ ਉਹਦੇ ਕੋਲੇ ਤਜਰਬਾ ਹੈ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਪਰਤਾਵੇ ਝੱਲੇ ਉਹਦੇ ਕੋਲ ਤਜਰਬਾ ਹੈ ਤਾਂ ਜਦੋਂ ਉਹਨੇ ਆਪਣਾ ਆਤਮਾ ਸਾਨੂੰ ਦੇ ਦਿੱਤਾ ਅਸੀਂ ਉਹ ਤਜਰਬੇ ਪਰਮੇਸ਼ਵਰ ਜੀ ਦੇ ਆਤਮਾ ਤੋਂ ਲੈ ਸਕਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਵਰਤ ਰੱਖੇ ਬਪਤਿਸਮਾ ਲੈਣ ਦੇ ਬਾਅਦ ਤਾਂ ਉਹ 40 ਦਿਨਾਂ ਦੇ ਲਈ ਪ੍ਰਾਰਥਨਾ ਵਿੱਚ ਗਏ ਉਹ ਜਗ੍ਹਾ ਉਜਾੜਾਂ ਵਰਗੀ ਸੀਗੀ ਤੇ वचन ਵਿੱਚ ਲਿਖਿਆ ਕਿ ਜਦੋਂ ਵਰਤਾਂ ਦਾ ਅਖੀਰ ਸੀਗਾ ਤਾਂ ਸ਼ੈਤਾਨ ਪ੍ਰਭੂ ਯਿਸੂ ਮਸੀਹ ਜੀ ਨੂੰ ਪਰਤਾਉਣ ਦੇ ਲਈ ਆਇਆ ਉਹਨੇ ਤਿੰਨ ਤਰ੍ਹਾਂ ਨਾਲ ਪਰਤਾਉਣ ਦੀ ਕੋਸ਼ਿਸ਼ ਕੀਤੀ ਪਰ ਤਿੰਨੇ ਵਾਰੀ ਓਹ ਨਕਮਾ ਹੋ ਗਿਆ ਪਹਿਲਾਂ ਉਹਨੇ ਪਰਤੌਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹਾ ਤੂੰ ਇਹਨਾਂ ਪੱਥਰਾਂ ਨੂੰ ਕਹਿ ਰੋਟੀ ਬਣ ਜਾਣ ਪਰ ਪ੍ਰਭੂ ਯਿਸੂ ਮਸੀਹ ਉਹਦੀਆਂ ਗੱਲਾਂ ਵਿੱਚ ਨਹੀਂ ਆਇਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮਨੁੱਖ ਜਿਹੜਾ ਸਿਰਫ ਰੋਟੀ ਦੇ ਨਾਲ ਹੀ ਨਹੀਂ ਪਰ ਪਰਮੇਸ਼ਵਰ ਦੇ ਮੂਹ ਦੀਆਂ ਗੱਲਾਂ ਦੇ ਨਾਲ ਵੀ ਜਿਦਾ ਰਹਿੰਦਾ ਹੈ ਸੋ ਇਹ ਸਭ ਤੋਂ ਫਸਟ ਆਫ ਆਲ ਤੁਹਾਨੂੰ ਇਹ ਅੱਖਰਾਂ ਦਾ ਗਿਆਨ ਹਾਸਲ ਕਰਨ ਦੀ ਜ਼ਰੂਰਤ ਆ ਕਿ ਇਹਦਾ ਮਤਲਬ ਕੀ ਆ ਕਿ ਪ੍ਰਭੂ ਯਿਸੂ ਮਸੀਹ ਨੇ ਇਦਾਂ ਕਿਹਾ ਆ ਕਿ ਮਨੁੱਖ ਸਿਰਫ ਰੋਟੀ ਨਾਲ ਹੀ ਨਹੀਂ ਪਰ ਪਰਮੇਸ਼ਵਰ ਦੇ ਮੂੰਹ ਦੀਆਂ ਗੱਲਾਂ ਨਾਲ ਜ਼ਿੰਦਾ ਰਹਿੰਦਾ ਆ ਸਿਰਫ ਰੋਟੀ ਹੀ ਸਰੀਰ ਦੇ ਲਈ ਜ਼ਰੂਰੀ ਨਹੀਂ ਆ ਜੇਕਰ ਤੁਸੀਂ ਕਿਸੇ ਇਨਸਾਨ ਨੂੰ ਰੋਟੀ ਦੇਈ ਜਾਂਨੇ ਜਾਂ ਇੱਕ ਇਨਸਾਨ ਇਕੱਲਾ ਰੋਟੀ ਖਾਈ ਜਾਂਦਾ ਕਮਾਈ ਨਹੀਂ ਕਰਦਾ ਕੀ ਉਹਦੀ ਜ਼ਿੰਦਗੀ ਸੋਹਣੀ ਗੁਜ਼ਰ ਹੋ ਜੂਗੀ ਜੇ ਇੱਕ ਵਿਅਕਤੀ ਰੋਟੀ ਤਾਂ ਖਾਂਦਾ ਆ ਪਰ ਉਹਦਾ ਬੋਲਣਾ ਚੱਲਣਾ ਠੀਕ ਨਹੀਂ ਆ ਕੀ ਉਹਦੀ ਜ਼ਿੰਦਗੀ ਖੂਬਸੂਰਤ ਆ ਜੇਕਰ ਇੱਕ ਇਨਸਾਨ ਰੋਟੀ ਤਾਂ ਖਾਂਦਾ ਆ ਪਰ ਗਿਆਨ ਹੈ ਨਹੀਂ ਉਹਦੇ ਕੋਲ ਕੀ ਉਹਦੀ ਜ਼ਿੰਦਗੀ ਖੂਬਸੂਰਤ ਆ ਤੇ ਸਿਰਫ ਰੋਟੀ ਹੀ ਜ਼ਰੂਰਤ ਨਹੀਂ ਆ ਜ਼ਿੰਦਾ ਰਹਿਣ ਦੇ ਲਈ ਜ਼ਿੰਦਾ ਰਹਿਣ ਦੇ ਲਈ ਗਿਆਨ ਦੀ ਵੀ ਜ਼ਰੂਰਤ ਆ ਜ਼ਿੰਦਾ ਰਹਿਣ ਦੇ ਲਈ ਸਰੀਰ ਵਿੱਚ ਬਲ ਦੀ ਜ਼ਰੂਰਤ ਆ ਜ਼ਿੰਦਾ ਰਹਿਣ ਦੇ ਲਈ ਜਿਸਮ ਨੂੰ ਤੰਦਰੁਸਤੀ ਦੀ ਜ਼ਰੂਰਤ ਆ ਜ਼ਿੰਦਾ ਰਹਿਣ ਦੇ ਲਈ ਬਹੁਤ ਜ਼ਿਆਦਾ ਜ਼ਰੂਰਤਾਂ ਆ ਪਰਮੇਸ਼ਵਰ ਦੇ ਅਨੁਘੇ ਦੀ ਜ਼ਰੂਰਤ ਆ ਅਰ ਚਾਹੇ ਉਹ ਗਿਆਨ ਆ ਚਾਹੇ ਉਹ ਧਨ ਕਮਾਉਣ ਦਾ ਬਲ ਆ ਜੋ ਵੀ ਕੁਛ ਆ ਉਹ ਪਰਮੇਸ਼ਵਰ ਤੋਂ ਹੀ ਪ੍ਰਾਪਤ ਹੁੰਦਾ ਆ इसलिए प्रभु यीशु मसीह जी ने कहा कि मनुख सिर्फ रोटी, रोटी, रोटी नाल नहीं, नहीं। परमेश्वर दे मुंह दे शब्दों दे नाल हर एक शब्द जो परमेश्वर दे मुंह चो तो निकलता उहदे नाल उह जिंदा रहिंदा है बुद्ध परमेश्वर दे मुंह तो ज्ञान परमेश्वर दे मुंह तो कृपा परमेश्वर दे मुंह तो हर एक शब्द ਜੋ ਪਰਮੇਸ਼ਵਰ ਦੇ ਮੂੰਹ ਤੋਂ ਆ ਮਨੁੱਖ ਉਹਦੇ ਦੁਆਰਾ ਜ਼ਿੰਦਾ ਰਹਿੰਦਾ ਆ ਅਰੇ ਪ੍ਰਭੂ ਯਿਸੂ ਮਸੀਹ ਨੇ ਕੋਈ ਕਾਲੀ ਨਹੀਂ ਕੀਤੀ ਪਰ ਤੁਹਾਨੂੰ ਪਤਾ ਉਹਨੇ ਪੱਥਰਾਂ ਨੂੰ ਰੋਟੀਆਂ ਬਣਾ ਕੇ ਖਾ ਦਿੱਤਾ ਸੀ ਸੇਮ ਟਾਈਮ ਤੇ ਨਹੀਂ ਜਦੋਂ ਅਸੀਂ ਸਹੀ ਸਮੇਂ ਤੇ ਕੰਮ ਕਰਦੇ ਆ ਤੇ ਉਸ ਕੰਮ ਦੀ ਵਾਹ ਵਾਹ ਵੀ ਹੁੰਦੀ ਆ ਚਰਚਾ ਵੀ ਹੁੰਦੀ ਆ ਤੇ ਫਲ ਵੀ ਸੋਹਣਾ ਆਉਂਦਾ ਆ ਪਰ ਅਸੀਂ ਕਈ ਵਾਰੀ ਇਨ੍ਹਾਂ ਗੱਲਾਂ ਵਿੱਚ ਫਸ ਜਾਂਦੇ ਆ ਸਾਡੇ ਮਨ ਦੇ ਅੰਦਰ ਹੀ ਵਿਚਾਰਾਂ ਦੀ ਲੜਾਈ ਚੱਲਦੀ ਰਹਿੰਦੀ ਆ ਕਿ ਅਭੀ ਹੋਣਾ ਚਾਹੀਦਾ ਹੁਣੇ ਹੋਣਾ ਚਾਹੀਦਾ ਇੰਨੇ ਮੈਨੂੰ ਚੈਲੰਜ ਕੀਤਾ ਮੇਰੀ ਬੜੀ ਹਾਨੀ ਹਾਨੀ ਹੋ ਜੂਗੀ ਮੇਰੀ ਬੜੀ ਨਮੋਸ਼ੀ ਹੋ ਜੂਗੀ ਇਹ ਮੈਨੂੰ ਕੀ ਕਹੂਗਾ ਇਹ ਚਰਚ ਨੂੰ ਜਾਂਦਾ ਆ ਇਹ ਪ੍ਰਾਰਥਨਾ ਕਰਦਾ ਇਹ ਵਰਤ ਰੱਖਦਾ ਲੋਕੀ ਮੈਨੂੰ ਕਹਿਣਗੇ ਇਹ ਚਲਿੱਤਰ ਕਰਦਾ ਇਹ ਪਖੰਡੀ ਆ ਇਹ ਢੋਂਗੀ ਆ ਸੋ ਵਾਟ ਹੂ ਕਿਡਸ ਕੀ ਕਹਿੰਦੇ ਆ ਲੋਕੀ ਦਫਾ ਹੋਣ ਜੋ ਮਰਜੀ ਕਹੀ ਜਾਣ ਕੋਣ ਪਰਵਾਹ ਕਰਦਾ ਲੋਕਾਂ ਦੀ ਤੁਹਾਨੂੰ ਦਾਣੇ ਦੇ ਕੇ ਜਾਂਦੇ ਆ ਹਰ ਮਹੀਨੇ ਤੁਹਾਡੇ ਨਿਆਣਿਆਂ ਦੀਆਂ ਫੀਸਾਂ ਤਾਰਦੇ ਆ ਹਰ ਮਹੀਨੇ ਵੀ ਤੁਸੀਂ ਬਹੁਤ ਪਰਵਾਹ ਕਰਦੇ ਆ ਗੱਲਾਂ ਕਰਨ ਦੇ ਬਿਨਾਂ ਉਹਨਾਂ ਕੋਲ ਕੰਮ ਕੀ ਆ ਜਿਨ੍ਹਾਂ ਕੋਲ ਕੰਮ ਆ ਉਹਨਾਂ ਕੋਲ ਤਾਂ ਆਪਣੀ ਘਰ ਵਾਲੀ ਨਾਲ ਗੱਲ ਕਰਨ ਦਾ ਵੇਲ ਹੈ ਨਹੀਂ ਨਿਆਣਿਆਂ ਨਾਲ ਗੱਲ ਕਰਨ ਦਾ ਵੇਲ ਹੈ ਨਹੀਂ ਉਹ ਗੱਲਾਂ ਤਾਂ ਉਹ ਕਰਦੇ ਜਿਹੜੇ ਕੰਮ ਦੇ ਨਹੀਂ ਕਰਦੇ ਨਹੀਂ ਬਿੱਲੜ ਉਹਨਾਂ ਕੋਲ ਕਰਨ ਨੂੰ ਹੀ ਕੁਛ ਹੈ ਨਹੀਂ ਇਸ ਲਈ ਗੱਲਾਂ ਕਰਦੇ ਆ ਤੇ ਬਿੱਲੜਾਂ ਦੀ ਪਰਵਾਹ ਕੌਣ ਕਰਦਾ ਆ ਉਹ ਉਹਨਾਂ ਨੂੰ ਤਾਂ ਉਹਨਾਂ ਦੇ ਟੱਬਰ ਵਾਲੇ ਨਹੀਂ ਪੁੱਛਦੇ ਤੇ ਤੁਸੀਂ ਕਹਤੇ ਉਹਨਾਂ ਨੂੰ ਪਾ ਦਿੰਨੇ ਆ ਤਾਂ ਇਦਾਂ ਦੀਆਂ ਫਿਕਰਾਂ ਕਰਨ ਦੀ ਜ਼ਰੂਰਤ ਨਹੀਂ ਕਿ ਅਗਲੇ ਕਹਿੰਦੇ ਜੇ ਤੇਰਾ ਰੱਬ ਸੱਚਾ ਆ ਤਾਂ ਤੂੰ ਹੁਣੇ ਹੀ ਆ ਕਰਕੇ ਦਿਖਾ ਉਨਕੋ ਵੀ ਤੇਰੇ ਅਰਗਿਆਂ ਦੇ ਸਾਹਮਣੇ ਪ੍ਰੂਫ ਕਰਨ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਆ ਕੋਈ ਤੁਰੇ ਜਾਂ ਨਾ ਤੁਰੇ ਕੋਈ ਦੇਖੇ ਜਾਂ ਨਾ ਦੇਖੇ ਮੇਰਾ ਰੱਬ ਸੱਚਾ ਹੀ ਆ ਤੂੰ ਮੰਨਣਾ ਮੰਨ ਨਹੀਂ ਮੰਨਣਾ ਤੇ ਆਪਣੇ ਰਾਜ ਆ ਸੋ ਇੱਧਰ ਸਟ੍ਰੈਸ ਲੈਣ ਦੀ ਜ਼ਰੂਰਤ ਨਹੀਂ ਪ੍ਰਭੂ ਯਿਸੂ ਮਸੀਹ ਨੇ ਤਾਂ ਨਹੀਂ ਕਿਹਾ ਕਿ ਸ਼ੈਤਾਨ ਆਪ ਮੈਨੂੰ ਪਰਤਾਉਣ ਦੀ ਆਇਆ ਇੱਕ ਹੀ ਕਹੂਗਾ ਵੀ 40 ਦਿਨਾਂ ਵਿੱਚ ਇਹਨੂੰ ਅਜੇ ਤੱਕ ਕੋਈ ਸ਼ਕਤੀ ਨਹੀਂ ਮਿਲੀ ਅਜੇ ਤੱਕ ਇਹਨੂੰ ਆਪਣੇ ਪਰਮੇਸ਼ਵਰ ਤੇ ਭਰੋਸਾ ਹੀ ਨਹੀਂ ਜੇ ਮੈਂ ਨਾ ਪਥਰਾਂ ਨੂੰ ਰੋਟੀ ਬਣਾਇਆ ਤਾਂ ਇਹ ਸੋਚੂਗਾ ਵੀ ਇਹਦਾ ਰੱਬ ਝੂਠਾ ਤੇ ਮੈਂ ਹੀ ਲਬਸੀਲਾ ਕਰਕੇ ਬਣਾ ਹੀ ਦਵਾਂ ਸ਼ੈਤਾਨ ਦਾ ਸ਼ੈਤਾਨ ਹੀ ਆ ਉਹ ਜੋ ਮਰਜ਼ੀ ਕਰੀ ਜਾਵੇ ਜੋ ਮਰਜ਼ੀ ਸੋਚੀ ਜਾਵੇ ਸਾਡਾ ਉਹਦੇ ਨਾਲ ਕੀ ਲੈਣ ਦੇਣ ਇਸ ਲਈ ਬੜੀ ਫਿਕਰ ਨਾ ਕਰਿਆ ਕਰੋ ਸਬਰ ਕਰਿਆ ਕਰੋ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਮਿਨਿਸਟਰੀ ਦੇ ਪੀਰੀਅਡ ਦੇ ਵਿੱਚ ਆਏ ਜਦੋਂ ਆਪਣੀ ਸੇਵਕਾਈ ਦੇ ਸਮੇਂ ਵਿੱਚ ਆਏ ਤੇ ਹਜ਼ਾਰਾਂ ਹਜ਼ਾਰ ਲੋਕੀ ਪ੍ਰਚਾਰ ਸੁਣਦੇ ਸੀ ਪ੍ਰਭੂ ਯਿਸੂ ਮਸੀਹ ਕੋਲ ਇੱਕ ਦਿਨ ਸ਼ਾਮ ਹੋ ਗਈ ਤਾਂ ਪ੍ਰਭੂ ਨੇ ਚੇਲਿਆਂ ਨੂੰ ਕਿਹਾ ਇਹਨਾਂ ਦੀ ਰੋਟੀ ਦਾ ਇੰਤਜ਼ਾਮ ਕਰੋ ਤੇ ਚੱਲੇ ਦੇਖਦੇ ਵੀ ਹੁਣ ਰੋਟੀ ਦਾ ਇੰਤਜ਼ਾਮ ਵੀ ਕਿਤੇ ਸੌਖੀ ਗੱਲ ਆ ਹਜ਼ਾਰਾਂ ਲੋਕਾਂ ਨੂੰ ਖਵਾਉਣਾ ਹੈ ਵੀ ਬੈਠੇ ਵੀ ਬੀਆਬਾਨ ਦੇ ਵਿੱਚ ਪਾਸੇ ਤੇ ਜਾ ਕੇ ਪਰ ਉੱਥੇ ਇੱਕ ਬੱਚਾ ਪੰਜ ਰੋਟੀਆਂ ਤੇ ਦੋ ਮੱਛੀਆਂ ਲੈ ਕੇ ਉਹਨੇ ਆਫਰ ਕੀਤੀਆਂ ਕਿ ਮੇਰੇ ਕੋਲ ਆ ਆ ਇਹ ਲੈ ਲਉ ਉਹਨੇ ਕਿਹਾ ਜੋ ਹੈਗਾ ਲੈ ਆਉ ਪਰਬੂ ਯੇਸ਼ੂ ਮਸੀਹ ਨੇ ਉਸ ਦਿਨ ਉਹ ਪੰਜ ਰੋਟੀਆਂ ਤੇ ਦੋ ਮੱਛੀਆਂ ਪਰਮੇਸ਼ਵਰ ਦੇ ਅੱਗੇ ਕਰਕੇ ਬਰਕਤ ਪਾਈ ਤੇ ਹਜ਼ਾਰਾਂ ਨੂੰ ਖਵਾ ਦਿੱਤਾ ਉਹਨੇ ਪ੍ਰੂਵ ਕਰ ਦਿੱਤਾ ਕਿ ਪੱਥਰ ਰੋਟੀਆਂ ਬਣ ਜਾਂਦੇ ਆ ਹallelujah ਹallelujah ਸਹੀ ਸਮਾਂ ਆਉਣ ਤੇ ਰੋਟੀਆਂ ਤਾਂ ਪੰਜ ਸੀ ਮੱਛੀਆਂ ਦੋ ਸੀ ਖਾਣ ਵਾਲੇ ਹਜ਼ਾਰਾਂ ਸੀ ਪ੍ਰੂਵ ਹੋਇਆ ਕਿ ਨਹੀਂ ਕਿ ਮੇਰਾ ਪਰਮੇਸ਼ਰ ਸਭ ਕੁਝ ਕਰਨਾ ਜਾਣਦਾ ਹੈ ਪਰ ਉਦੋਂ ਨਾ ਕਰੋ ਜਦੋਂ ਲੋਕੀ ਤੁਹਾਨੂੰ ਚੈਲੰਜ ਦਿੰਦੇ ਆ ਸਮਾਂ ਆਉਣ ਤੇ ਕਰੋ ਆਪੇ ਮੂੰਹ ਬੰਦ ਹੋ ਜਾਣਗੇ ਜਿਹੜੇ ਚੈਲੰਜ ਦਿੰਦੇ ਜਦੋਂ ਹੋਊਗਾ ਨਾ ਤੁਹਾਡੇ ਜੀਵਨ 'ਚ ਕੰਮ ਉਹ ਚੈਲੰਜ ਦੇਣ ਵਾਲਿਆਂ ਨੂੰ ਵੀ ਨਜ਼ਰ ਆ ਜਾਊਗਾ ਉਹ ਦਿਨ ਉਹ ਵੀ ਦੇਖ ਲੈਣਗੇ ਇਸ ਲਈ ਬਹੁਤ ਸਾਰੇ ਲੋਕੀ ਘਬਰਾ ਜਾਂਦੇ ਹੋ ਕਈ ਵਾਰੀ ਸਾਡੇ ਕੋਲ ਆ ਕੇ ਮਿਲਦੇ ਯਾਰ ਕਹਿਣਗੇ ਪਾਸਟਰ ਜੀ ਸਾਨੂੰ ਫੁਲਾਨੇ ਇਦਾਂ ਕਹਿੰਦੇ ਆ ਤੁਸੀਂ ਚੈਚ ਨੂੰ ਜਾਣਦੇ ਆ ਤੁਹਾਡੇ ਨਿਆਣਿਆਂ ਨੂੰ ਜ਼ੁਕਾਮ ਹੋਇਆ ਆ ਤੁਸੀਂ ਚੈਚ ਨੂੰ ਜਾਣਦੇ ਆ ਫੁਲਾਨੇ ਨੂੰ ਬੁਖਾਰ ਚੜਿਆ ਆ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੂੰ ਕੋ ਤੁਸੀਂ ਤਾਂ ਨਹੀਂ ਜਾਂਦੇ ਤੁਹਾਡੇ ਵਾਲੇ ਤਾਂ ਸਾਰੇ ਬਸ ਤੰਦਰੁਸਤ ਭੱਜੇ ਫਿਰਦੇ ਆ ਤੁਸੀਂ ਮੌਜਾਂ ਕਰੋ ਤੁਸੀਂ ਸਾਥੋਂ ਕੀ ਲੈਣਾ ਤੁਹਾਨੂੰ ਕੀ ਲੋੜ ਉਹਨਾਂ ਨਾਲ ਐਵੇਂ ਸਿੰਗ ਫਸਾਉਣ ਦੀ ਛਾਣੇ ਕਹਿੰਦੇ ਹੁੰਦੇ ਮੂਰਖਾਂ ਨੂੰ ਮੂੰਹ ਨਹੀਂ ਲਾਈਦਾ ਉਹਨਾਂ ਨੂੰ ਚਰਚ ਨੂੰ ਅਸੀਂ ਜਾਣੇ ਅਸੀਂ ਜਿੱਦਾਂ ਦੀ ਮਰਜ਼ੀ ਹੋਈਏ ਤੁਹਾਨੂੰ ਕੀ ਦਿੱਕਤ ਸੋ ਫਿਕਰ ਨਾ ਕਰਿਆ ਦਨੀਆਂ ਗੱਲਾਂ ਦੀ ਇਦਾਂ ਦੇ ਸਵਾਲ ਕਮਲਿਆਂ ਦੇ ਬਿਨਾ ਕੋਈ ਨਹੀਂ ਪੁੱਛਦਾ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹਨਾਂ ਨੂੰ ਸਭ ਸਮਝ ਆ ਗਈ ਹੈ ਜਿਨ੍ਹਾਂ ਨੂੰ ਗਿਆਨ ਨਹੀਂ ਹੋਇਆ ਉਹੀ ਇਦਾਂ ਦੇ ਸਵਾਲ ਕਰਦੇ ਆ ਤੇ ਤੁਸੀਂ ਭਲਾ ਮੂਰਖ ਦੇ ਸਵਾਲ ਦਾ ਜਵਾਬ ਦਿਓਗੇ ਤੁਸੀਂ ਕਿੰਨੇ ਕ ਸਿਆਣੇ ਹੋਮੋਗੇ ਜੇ ਦਾ ਡਿਕਲੇਅਰ ਹੋਵੇ ਵੀ ਇਹ ਕਮਲਾ ਆ ਕਈ ਵਾਰੀ ਕਈ ਕਈ ਪਿੰਡਾਂ ਦੇ ਵਿੱਚ ਕੋਈ ਐਹੋ ਜਿਹਾ ਇਨਸਾਨ ਹੁੰਦਾ ਜਿਹੜਾ ਐਨ ਡਿਕਲੇਅਰ ਆ ਵੀ ਇਹ ਸੱਚੀ ਮਾਨਸਿਕ ਰੋਗੀ ਆ ਇਹ ਕਮਲਾ ਆ ਉਹ ਨੂੰ ਸਾਰੇ ਜਾਣਦੇ ਆ ਕਿ ਇਹਦਾ ਦਿਮਾਗ ਕੰਮ ਨਹੀਂ ਕਰਦਾ ਉਹਦੇ ਕੋਲੋਂ ਸਿੱਖਣ ਵਾਸਤੇ ਕੌਣ ਜਾਂਦਾ ਜਾਂ ਉਹਦੀਆਂ ਗੱਲਾਂ ਦੇ ਜਵਾਬ ਦੇਣ ਕੌਣ ਹੁੰਦਾ ਕੋਈ ਜਾਣਦਾ ਉਹਦੀਆਂ ਗੱਲਾਂ ਦੇ ਜਵਾਬ ਦੇਣ ਜੇ ਉਹ ਕੁਝ ਪੁੱਛੇ ਵੀ ਤਾਂ ਲੋਕੀ ਨਿਆਣੇ ਦੇ ਵੀ ਬਾਹ ਫੜ ਕੇ ਰਹਿ ਜਾਂਦੇ ਆ ਜਾ ਕਮਲਾ ਆ ਰਹਿਣ ਦੇ ਇੱਕ ਕਮਲਾ ਆ ਜੇ ਤੁਸੀਂ ਸਿਆਣੇ ਹੋ ਗਏ ਆ ਕਮਲੇ ਸਿਆਣੇ ਸਿੱਖ ਲੋ ਤੇ ਜੇ ਉਹ ਵੀ ਉਦਾਂ ਦਾ ਉਹ ਵੀ ਉਦਾਂ ਦਾ ਤੇ ਫਿਰ ਘਰੇ ਪੈ ਕੇ ਉਹ ਵੀ ਕਵੇ ਮੈਂ ਸਿਆਣਾ ਤੇ ਦੂਜਾ ਕਵੇ ਮੈਂ ਸਿਆਣਾ ਮੂਰਖ ਕਦੀ ਨਹੀਂ ਕਹਿੰਦਾ ਮੈਂ ਮੂਰਖ ਹਾਂ ਇਨਸਾਨ ਨੂੰ ਆਪਣੀਆਂ ਕਮੀਆਂ ਕਦੀ ਵੀ ਮਹਿਸੂਸ ਨਹੀਂ ਹੁੰਦੀਆਂ ਕੁਮੰਡੀ ਕਦਾ ਹੀ ਨਹੀਂ ਕਹਿੰਦਾ ਮੈਂ ਕੁਮੰਡੀ ਹਾਂ ਨਕਮਾ ਕਦੀ ਨਹੀਂ ਕਹਿੰਦਾ ਮੈਂ ਨਕਮਾ ਹਾਂ ਉਲਟ ਬੋਲਣਗੇ ਜਿਹੜਾ ਵਿਅਕਤੀ ਸੱਚਾ ਹੈ ਨਾ ਉਹ ਕਦੀ ਇਹ ਗੱਲ ਨਹੀਂ ਕਹੂਗਾ ਕਿ ਮੈਂ ਸੱਚਾ ਹਾਂ ਜੇ ਉਹ ਸੱਚਾ ਦੂਜਾ ਨੂੰ ਕਹੇ ਨਾ ਤੂੰ ਝੂਠਾ ਹੈਂ ਉਹਨੇ ਕਹਿਣਾ ਚੱਲ ਚੰਗਾ ਉਹਨੇ ਕਿਹਾ ਤੂੰ ਐ ਟਾਈਮ ਵੇਸਟ ਕਰਨਾ ਜਿਹੜਾ ਓਹੋ ਅੱਡੀਆਂ ਚੱਕ ਚੱਕ ਕੇ ਕਹੂਗਾ ਜ਼ੋਰ ਲਾ ਲਾ ਕੇ ਕਹੂਗਾ ਮੈਂ ਸੱਚਾ ਆ ਮੈਂ ਤੈਨੂੰ ਫਲਾਨੇ ਤੋਂ ਪਛਾਉਣਾ ਮੈਂ ਤੈਨੂੰ ਟਮਕਾਨੇ ਤੋਂ ਪਛਾਉਣਾ ਉਹਨੇ ਹਰ ਹਾਲ ਦੇ ਵਿੱਚ ਆਪਣੇ ਝੂਠ ਨੂੰ ਪ੍ਰੂਫ ਕਰਨ ਦੀ ਕੋਸ਼ਿਸ਼ ਕਰਨੀ ਕਿ ਮੈਂ ਸੱਚਾ ਆ ਤੇ ਸੱਚੇ ਨੇ ਉਹਨੇ ਕਹਿਣਾ ਚੰਗਾ ਜੋ ਤੂੰ ਕਹਿਣਾ ਇਦਾਂ ਹੀ ਆ ਜਾ ਉਹਨੇ ਉੱਥੇ ਹੀ ਗੱਲ ਨੂੰ ਨਿਬੇੜ ਦੇਣਾ ਹੈ ਸਾਨੂੰ ਕੁਝ ਵੀ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ ਆ ਸਮਾਂ ਆਉਣ ਤੇ ਪਰਮੇਸ਼ਵਰ ਨੇ ਸਭ ਕੁਝ ਪ੍ਰੂਵ ਕਰ ਦੇਣਾ ਸਹੀ ਸਮੇਂ ਦਾ ਬਸ ਇੰਤਜ਼ਾਰ ਕਰੋ ਫੇਰ ਦੂਜੀ ਵਾਰੀ ਸ਼ੈਤਾਨ ਜਦੋਂ ਪਹਿਲੀ ਵਾਰੀ ਵਿੱਚ ਗੱਲ ਨਹੀਂ ਬਣੀ ਦੂਜੀ ਵਾਰੀ ਪਰਤਾਇਆ ਕਿ ਕਹਿੰਦਾ ਆ ਕਹਿੰਦਾ ਜੇ ਤੂੰ ਮੈਨੂੰ ਸਜਦਾ ਕਰ ਦੇਵੇਂ ਪ੍ਰਭੂ ਯਿਸੂ ਮਸੀਹ ਨੂੰ ਕਹਿੰਦਾ ਜੇ ਤੂੰ ਮੇਰੇ ਅੱਗੇ ਝੁੱਕ ਜਮੇ ਤੇ ਆ ਸਾਰਾ ਕੋਸ਼ਿਸ਼ ਦੁਨੀਆਂ ਦਾ ਦੁਨੀਆਂ ਦਾ ਜ਼ਾਹੋ ਜਲਾਲ ਸ਼ਾਨੋ ਸ਼ੌਕਤ ਜਿਹੜੀ ਆ ਨਾ ਤਖਤੋ ਤਾਜ਼ ਇਹ ਮੈਂ ਤੈਨੂੰ ਦੇ ਦੇਉਂਗਾ ਤੇ ਪ੍ਰਭੂ ਯਿਸੂ ਮਸੀਹ ਨੇ ਫਿਰ ਵਚਨ ਦੇ ਰਾਈ ਉਹਨੂੰ ਉੱਤਰ ਦਿੱਤਾ ਕਿ ਵਚਨ ਵਿੱਚ ਲਿਖਿਆ ਆ ਕਿ ਤੂੰ ਆਪਣੇ ਪਰਮੇਸ਼ਵਰ ਤੋਂ ਛੁੱਟ ਕਿਸੇ ਹੋਰ ਨੂੰ ਸਜਦਾ ਨਹੀਂ ਕਰਨਾ ਪ੍ਰਭੂ ਯਿਸੂ ਮਸੀਹ ਨੇ ਉਹਦੇ ਨਾਲ ਕੋਪਰੇਟ ਨਹੀਂ ਕੀਤਾ ਪਰ ਅੱਜ ਬਹੁਤ ਸਾਰੇ ਲੋਕ ਆ ਅਮੀਰ ਹੋਣ ਦੇ ਲਈ ਸੁਖੀ ਹੋਣ ਦੇ ਲਈ ਕਾਰੋਬਾਰ ਦੀ ਕਾਮਯਾਬੀ ਦੇ ਲਈ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਗਲਤ ਕੰਮਾਂ ਦੇ ਨਾਲ ਜਿਹੜਾ ਆ ਸਮਝੌਤਾ ਕਰ ਲੈਂਦੇ ਆ ਸ਼ੈਤਾਨੀ ਕੰਮਾਂ ਦੇ ਨਾਲ ਸਮਝੌਤਾ ਕਰ ਲੈਂਦੇ ਆ ਸੰਸਾਰ ਵਿੱਚ ਮਸ਼ਹੂਰ ਹੋਣ ਦੇ ਲਈ ਸੰਸਾਰ ਵਿੱਚ ਕਾਮਯਾਬ ਹੋਣ ਦੇ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਆ ਤੇ ਫਿਰ ਜੇਕਰ ਇਹੋ ਜਿਹੇ ਲੋਕੀ ਕਹਿਣ ਕਿ ਅਸੀਂ ਯਿਸੂ ਮਸੀਹ ਦੇ ਚੇਲੇ ਆ ਅਸੀਂ ਯਿਸੂ ਮਸੀਹ ਦੇ ਸ਼ਾਗਿਰਦ ਆ ਸ਼ਾਗਿਰਦ ਹੋਣਾ ਚੇਲੇ ਹੋਣ ਦਾ ਮਤਲਬ ਵੀ ਪਤਾ ਕੀ ਹੁੰਦਾ ਆਪਣੇ ਗੁਰੂ ਵਰਗੇ ਬਣਨ ਦੀ ਕੋਸ਼ਿਸ਼ ਕਰਨਾ ਆਪਣੇ ਗੁਰੂ ਦੇ ਰਾਹ ਦੇ ਉੱਤੇ ਤੁਰਨਾ ਗੁਰੂ ਦੀ ਦਿੱਤੀ ਸਿੱਖਿਆ ਨੂੰ ਫੋਲੋ ਕਰਨਾ ਤੇ ਸਾਨੂੰ ਤਾਂ ਯਿਸੂ ਮਸੀਹ ਨੇ ਨਹੀਂ ਕਿਹਾ ਕਿ ਤੁਸੀਂ ਮਸ਼ਹੂਰ ਹੋਣ ਦੇ ਲਈ ਸ਼ੈਤਾਨ ਦੇ ਕੰਮਾਂ ਦੇ ਵਿੱਚ ਸਾਂਝੀ ਹੋ ਜਿਓ ਤੁਸੀਂ ਸ਼ਾਨੋ ਸ਼ੌਕਤ ਦੇ ਲਈ ਸ਼ਤਾਨ ਦੇ ਕੰਮਾਂ ਦੇ ਵਿੱਚ ਸਾਂਝੀ ਹੋ ਜਿਓ ਸਾਨੂੰ ਤਾਂ ਕਿਸੇ ਕਿਸੇ ਥਾਂ ਤੇ ਇਦਾਂ ਲਿਖਿਆ ਨਹੀਂ ਪੜਿਆ ਸੀ ਜੇ ਵਾਕਈ ਆਪਾਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਆਂ ਅਣ ਠੀਕ ਆ ਮਸ਼ਹੂਰ ਹਰ ਕੋਈ ਹੋਣਾ ਚਾਹੁੰਦਾ ਏ ਰੱਜਣਾ ਵੀ ਹਰ ਕੋਈ ਚਾਹੁੰਦਾ ਅਮੀਰ ਵੀ ਹਰ ਕੋਈ ਹੋਣਾ ਚਾਹੁੰਦਾ ਏ ਤੁਹਾਨੂੰ ਕਿਹਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਦੇ ਨਾਲ ਲੋਕੀ ਮੰਗਤੇ ਬਣਦੇ ਆ ਤੁਹਾਨੂੰ ਗਲਤ ਕੰਮਾਂ ਦੇ ਨਾਲ ਸਮਝੌਤਾ ਕਰਨ ਦੀ ਜ਼ਰੂਰਤ ਨਹੀਂ ਆ ਉਹ ਕਹਿੰਦਾ ਪਹਿਲਾਂ ਮੇਰੀ ਬਾਦਸ਼ਾਹਤ ਨੂੰ ਪਾੜੋ ਤੇ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ ਗਲਤ ਕੰਮਾਂ ਦੇ ਨਾਲ ਸਮਝੌਤਾ ਨਾ ਕਰੋ ਪਰਮੇਸ਼ਵਰ ਦੇ ਉੱਤੇ ਆਸ ਰੱਖੋ ਉਹਨੇ ਕਿਹਾ ਮੈਂ ਤੁਹਾਨੂੰ ਸਭ ਕੋਮਾਂ ਨਾਲੋਂ ਉੱਚਾ ਕਰਾਂਗਾ ਤੇ ਉਹ ਜਾਣਣਗੇ ਕਿ ਮੈਂ ਤੁਹਾਡਾ ਪਰਮੇਸ਼ਵਰ ਹਾਂ ਉਹ ਕਹਿੰਦਾ ਮੈਂ ਤੁਹਾਡੀਆਂ ਉਝਾੜਾਂ ਨੂੰ ਆਬਾਦ ਕਰ ਦਿਆਂਗਾ ਫੇਰ ਸਾਨੂੰ ਕੀ ਜ਼ਰੂਰਤ ਆ ਕਿ ਅਸੀਂ ਗਲਤ ਕੰਮਾਂ ਦੇ ਨਾਲ ਸਮਝੌਤਾ ਕਰੀਏ ਗਲਤ ਗੱਲਾਂ ਦੇ ਨਾਲ ਗਲਤ ਲੋਕਾਂ ਦੇ ਨਾਲ ਗਲਤ ਸਿੱਖਿਆ ਦੇ ਨਾਲ ਸਮਝੌਤਾ ਕਰੀਏ ਵਾਏ ਕਿਉਂ ਜਦ ਸਹੀ ਰਾਹ ਉੱਤੇ ਚੱਲ ਕੇ ਅਸੀਂ ਰੱਜ ਸਕਦੇ ਹਾਂ ਕਾਮਯਾਬ ਹੋ ਸਕਦੇ ਹਾਂ ਕੰਮਾਂ ਵਿੱਚ ਉੱਚੇ ਕੀਤੇ ਜਾਵਾਂਗੇ ਜਦ ਪਰਮੇਸ਼ਵਰ ਨੇ ਇਹ ਪ੍ਰੋਮਿਸ ਕੀਤਾ ਆ ਤਾਂ ਸਾਨੂੰ ਸਹੀ ਰਾਹ ਛੱਡ ਕੇ ਗਲਤ ਰਾਹ ਜਾਣ ਦੀ ਕੀ ਜ਼ਰੂਰਤ ਆ ਅਬਰਾਹਮ ਪਰਮੇਸ਼ਰ ਨੂੰ ਮੰਨਣ ਵਾਲਾ ਸੀ ਕੀ ਉਹ ਭੁੱਖਾ ਮਰਦਾ ਸੀ ਦਾਊਦ ਪਰਮੇਸ਼ਰ ਨੂੰ ਮੰਨਦਾ ਸੀ ਸਾਰੀਆਂ ਲੜਾਈਆਂ ਵਿੱਚ ਜਿੱਤ ਮਿਲੀ ਉਹਨੂੰ ਰਾਜਾ ਹੋਇਆ ਸੁਲੇਮਾਨ ਪਰਮੇਸ਼ਰ ਨੂੰ ਮੰਨਣ ਵਾਲਾ ਸੀ ਕਿੰਨਾ ਰਾਜਾ ਆ ਪਰਮੇਸ਼ਰ ਨੇ ਉਹਨੂੰ ਚੇਲੇ 12 ਚੇਲੇ ਅਗਰ ਨਿਊ ਟੈਸਟਾਮੈਂਟ ਦੀ ਗੱਲ ਕਰ ਲਈਏ 12 ਚੇਲੇ ਪ੍ਰਭੂ ਯਿਸੂ ਮਸੀਹ ਦੇ ਨਾਲ ਰਹੇ ਅਰ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲੇ ਪ੍ਰਭੂ ਯਿਸੂ ਜੀ ਦੇ ਸਲੀਬ ਦਿੱਤੇ ਜਾਣ ਦੇ ਬਾਅਦ ਵੀ ਉਹ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਤੇ ਚੱਲਦੇ ਰਹੇ ਕਿਤੇ ਨਹੀਂ ਲਿਖਿਆ ਕਿ ਉਹ ਭੁੱਖੇ ਮਰ ਗਏ ਲਿਖਿਆ ਲੋਕੀ ਆਪਣੀਆਂ ਜ਼ਗੀਰਾਂ ਵੇਚ ਕੇ ਉਹਨਾਂ ਦੇ ਕਦਮਾਂ ਵਿੱਚ ਰਿਆ ਕੇ ਰੱਖ ਦਿੰਦੇ ਸੀ ਹਦੋਂ ਬਾਦਰ ਰਜਾਇਆ ਪਰਮੇਸ਼ਵਰ ਨੇ ਉਹਨਾਂ 12 ਚੇਲਿਆਂ ਨੂੰ ਵੀ ਭੁੱਖੇ ਨਹੀਂ ਮਰੇ ਉਹ ਤੇ ਜੇ ਤੁਸੀਂ ਯਿਸੂ ਮਸੀਹ ਦੇ ਪਿੱਛੇ ਚੱਲਦੇ ਹੋ ਭੁੱਖੇ ਤੁਸੀਂ ਵੀ ਨਹੀਂ ਮਰੋਗੇ ਚੇਤੇ ਰੱਖਿਓ 2024 ਦੇ ਵਿੱਚ ਹੀ ਤੁਸੀਂ ਹੱਦੋਂਬੱਧ ਰਜਾਇਆ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਸ ਸਹੀ ਰਾਹ ਨੂੰ ਫੜੀ ਰੱਖਿਓ ਛੱਡਿਓ ਨਾ ਤੇ ਸਹੀ ਸਮੇਂ ਦਾ ਇੰਤਜ਼ਾਰ ਕਰਿਓ ਜਰੂਰ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚ ਭਲਾਈ ਪੈਦਾ ਕਰਨਗੇ ਸੋ ਤੀਜੀ ਵਰੀ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਨੂੰ ਪਰਤਾਇਆ ਸੋਨੇ ਕੀ ਕਿਆ ਕਿੰਨਾ ਆਪਣੇ ਆਪ ਨੂੰ ਉੱਚੇ ਥਾਂ ਤੋਂ ਸਿੱਟ ਦੇ ਤੇ ਪਰਮੇਸ਼ਵਰ ਦੇ ਦੂਤ ਤੇਰੀ ਹਿਫਾਜ਼ਤ ਕਰਨਗੇ ਤੈਨੂੰ ਆਪੇ ਸੰਭਾਲ ਲੈਣਗੇ ਪਰ ਪ੍ਰਭੂ ਯਿਸੂ ਮਸੀਹ ਨੇ ਉਦੋਂ ਵੀ ਉਹਦਾ ਕਹਿਣਾ ਨਹੀਂ ਮੰਨਿਆ ਕਿੰਨਾ ਵਚਨ ਚ ਲਿਖਿਆ ਆ ਆਪਣੇ ਪਰਮੇਸ਼ਵਰ ਨੂੰ ਨਾ ਪਰਤਾ ਇਦਾਂ ਦੇ ਮੂਰਖਤਾ ਭਰੇ ਸਵਾਲਾਂ ਦੇ ਵੀ ਕਈ ਉੱਤਰ ਦੇਣ ਲੱਗ ਜਾਂਦੇ ਜਿੱਦਾਂ ਬੈਰੀ ਨੇ ਇਹ ਪ੍ਰਤਾਵਾ ਪਾ ਦਿੱਤਾ ਬਈ ਇਦਾਂ ਲਿਖਿਆ ਹੈ ਕਿ ਉਹਦੇ ਦੂਤ ਤੇਰੀ ਰਾਖੀ ਕਰਦੇ ਆ ਤੇ ਤੂੰ ਹੁਣ ਇੱਥੋਂ ਛਾਲ ਮਾਰ ਛੋਟ ਆਪਣੇ ਆਪ ਨੂੰ ਦੇਖ ਉਹ ਤੈਨੂੰ ਕੈਚ ਕਰ ਲੈਣਗੇ ਪਰ ਪ੍ਰਭੂ ਯਿਸੂ ਮਸੀਹ ਨੇ ਇਦਾਂ ਨਹੀਂ ਕੀਤਾ ਪਰ ਕੋਸ਼ਲੋਕੀ ਪਿੱਛੇ ਜੇ ਮੈਂ ਇੱਕ ਵੀਡੀਓ ਦੇਖਿਆ ਇੱਕ ਚੇਚਦਾ ਹੀ ਵੀਡੀਓ ਸੀਗਾ ਕੋਈ ਬਾਦ ਫੋਰਨ ਕੰਟਰੀ ਦਾ ਸੀਗਾ ਉਹ ਗੜ ਦੇ ਵਿੱਚ ਸੱਪ ਪਾਈ ਫਿਰੇ ਤੇ ਬੋਲ ਰਿਹਾ ਸੀਗਾ ਕਿ ਸੱਪਾਂ ਠੂਆਂ ਦੇ ਉੱਤੇ ਪਰਮੇਸ਼ਵਰ ਨੇ ਅਧਿਕਾਰ ਦਿੱਤਾ ਆ ਉਹਨੇ ਗੜ ਚ ਸੱਪ ਪਾਇਆ ਤੇ ਸੱਪ ਨੇ ਪਾਦਰੀ ਦੇ ਗਲ ਤੋਂ ਹੀ ਫੜ ਲਿਆ ਉਹਨੂੰ ਡੰਗ ਦਿੱਤਾ ਤੇ ਉਹ ਮਰ ਗਿਆ ਉੱਥੇ ਹੀ ਲੋਕਾਂ ਦੇ ਸਾਹਮਣੇ ਇੱਕ ਚੀਸਿਆ ਦੇ ਸਾਹਮਣੇ ਹੀ ਮਰ ਗਿਆ ਉਹ ਏ ਸਟੂਪਿਡਿਟੀ ਹੈ ਫੁਲਿਸ਼ਨੈਸ ਹੈ ਮੂਰਖਤਾ ਹੈ ਬਹੁਤ سارے ਲੋਕ ਇਦਾਂ ਦੀਆਂ ਗਲਤੀਆਂ ਕਰਦੇ ਆ ਬਿਲਕੁਲ ਸਹੀ ਆ ਕਿ ਵਚਨ ਦੇ ਵਿੱਚ ਲਿਖਿਆ ਆ ਕਿ ਮੈਂ ਤੈਨੂੰ ਸੱਪਾਂ ਤੇ ਠੂਏਾਂ ਦੇ ਲਟਾੜਨ ਦਾ ਅਧਿਕਾਰ ਦਿੰਦਾ ਆ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੰਦਾ ਆ ਉਹ ਤੇਰਾ ਕੁਝ ਵੀ ਨੁਕਸਾਨ ਨਹੀਂ ਕਰੇਗੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆ ਬੈਲ ਮuje ਮਾਨ ਕਿ ਜਾਨ ਬੁੱਝ ਕੇ ਤੁਸੀਂ ਪੰਗੇ ਲਮੋ ਇਹ ਵੀ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਹੈ ਨਾ ਕਿ ਬਚਨ ਚ ਲਿਖਿਆ ਆਪਣੇ ਪਰਮੇਸ਼ਰ ਨੂੰ ਨਾਮ ਪਰਤਾ ਤੇ ਤੁਸੀਂ ਤਾਂ ਇਹ ਕੰਮ ਕਰਕੇ ਪਰਤਾ ਰਹੇ ਹੋ ਅਗਰ ਤੁਸੀਂ ਤਰਨਾ ਨਹੀਂ ਜਾਣਦੇ ਤੇ ਤੁਸੀਂ ਪਾਣੀ ਵਿੱਚ ਡਿੱਗੇ ਵੀ ਨਹੀਂ ਮਤਲਬ ਤੁਸੀਂ ਕੰਡੇ ਤੇ ਖੜੇ ਹੋ ਤੁਸੀਂ ਪਾਣੀ ਵਿੱਚ ਡਿੱਗੇ ਨਹੀਂ ਹੋ ਤੇ ਤਰਨਾ ਨਹੀਂ ਆਉਂਦਾ ਫਿਰ ਵੀ ਕਿਸੇ ਦੇ ਇਹ ਕਹਿਣ ਤੇ ਕਿ ਬਾਣੀ ਦੇ ਵਿੱਚ ਲਿਖਿਆ ਹੈ ਕਿ ਪਾਣੀ ਤੈਨੂੰ ਡਬੋ ਨਹੀਂ ਸਕਣਗੇ ਤੇ ਤੁਸੀਂ ਆਪਣੇ ਆਪ ਨੂੰ ਡੂੰਗੇ ਪਾਣੀ ਦੇ ਵਿੱਚ ਸ਼ਲਾਂਗ ਲਗਵਾ ਦਿਓ ਇਹ ਮੂਰਖਤਾ ਹੈ ਪਰਮੇਸ਼ਵਰ ਨੇ ਤੁਹਾਨੂੰ ਬਚਾਉਣ ਨਹੀਂ ਆਉਣਾ ਅਗਰ ਤੁਸੀਂ ਕਮਲਕੁੱਟੋਂ ਅਗਰ ਤੁਸੀਂ ਇੱਦਾਂ ਕੋਸ਼ਿਸ਼ ਕਰੋਗੇ ਕਿ ਬੱਚੇ ਨੇ ਚਾਹ ਲਿਖਿਆ ਪਾਣੀ ਤੇਨੂੰ ਨਦੀਆਂ ਤੇਨੂੰ ਡਬੋ ਨਹੀਂ ਸਕਣਗੀਆਂ ਤੇ ਮੈਂ ਡੂੰਗੇ ਪਾਣੀ ਦੇ ਵਿੱਚ ਛਾਲ ਮਾਰ ਦੇਣਾ ਮੈਂ ਡੁੱਬਣਾ ਥੋੜੀ ਐ ਮੈਂ ਤਾਂ ਬੱਚ ਨੂੰ ਰੋਜ਼ ਪੜਦਾ ਐ ਮੈਂ ਕਿਹਾ ਭਾਵੇਂ ਤੂੰ ਉਸ ਵੇਲੇ ਪੰਜਾਬਰੀਏ ਆਏ ਤੋ ਬੋਲ ਕੇ ਪਾਣੀ ਚ ਛਾਲ ਮਾਰ ਤਦ ਵੀ ਤੂੰ ਡੁੱਬੇਂਗਾ ਕਿਉਂਕਿ ਤੈਨੂੰ ਤਰਨਾ ਨਹੀਂ ਆਉਂਦਾ ਹਾਂ ਤੈਨੂੰ ਕਿਸੇ ਨੇ ਧੋਖੇ ਨਾਲ ਧੱਕਾ ਦੇ ਦਿੱਤਾ ਤੂੰ ਇੱਕ ਚੰਗਾ ਵਿਸ਼ਵਾਸੀ ਆ ਤੂੰ ਇੱਕ ਸੱਚਾ ਸੁੱਚਾ ਆਦਮੀ ਆ ਤੇਰੇ ਲਈ ਭਾਵੇਂ ਪਰਮੇਸ਼ਰ ਮੱਛੀ ਪਿੱਛੇ ਨਾ ਆਜਵੇ ਤੈਨੂੰ ਬਾਹਰ ਕੱਢਣ ਲਈ ਉਹ ਤੈਨੂੰ ਜ਼ਰੂਰ ਕੱਢੇਗਾ ਕਿਉਂਕਿ ਤੂੰ ਪਰਤਾਉਣ ਲਈ ਨਹੀਂ ਬੜਿਆ ਤੇਰੇ ਨਾਲ ਕੋਈ ਧੋਖਾ ਕਰ ਰਿਹਾ ਹੈ ਤੇ ਤੈਨੂੰ ਬਚਾਉਣ ਦੇ ਲਈ ਪਰਮੇਸ਼ਰ ਹਾਜ਼ਰ ਹੈ ਉੱਥੇ ਸਦ੍ਰਕ ਮੇਸ਼ਕ ਅਬਦਨ ਕੋ ਚਾਹ ਦੇ ਨਾਲ ਪੱਠੀ ਵਿੱਚ ਨਹੀਂ ਬੜੇ ਸੀ ਕਿ ਵਚਨ ਦੇ ਵਿੱਚ ਲਿਖਿਆ ਅੱਗ ਤੇਨੂੰ ਸਾੜ ਨਹੀਂ ਸਕਦੀ ਤੇ ਲੋ ਜੀ ਅਸੀਂ ਤੁਹਾਨੂੰ ਅੱਗ ਵਿੱਚ ਖਲੋ ਕੇ ਦਿਖਾਉਨੇ ਆ ਦੇਖਿਓ ਸਾਨੂੰ ਅੱਗ ਨਹੀਂ ਸਾੜ ਸਕੂਗੀ ਉਹਨਾਂ ਨੇ ਨਹੀਂ ਕਿਹਾ ਸੀ ਸਾਨੂੰ ਪਾਓ ਅੱਗ ਦੇ ਵਿੱਚ ਪਰ ਉੱਥੇ ਦੇ ਲੋਕਾਂ ਨੇ ਜੋ ਕਾਨੂੰਨ ਬਣਾਇਆ ਸੀ ਉਸ ਕਾਨੂੰਨ ਦੇ ਤਹਿਤ ਉਹਨਾਂ ਨੇ ਅੱਗ ਵਿੱਚ ਪਾਇਆ ਪਰ ਪਰਮੇਸ਼ਵਰ ਨੇ ਉਹਨਾਂ ਨੂੰ ਬਚਾ ਲਿਆ ਕਿਉਂਕਿ ਉਹ ਪਰਮੇਸ਼ਵਰ ਨੂੰ ਅਜਮਾਉਣ ਵਾਸਤੇ ਉਹ ਚ ਨਹੀਂ ਗਏ ਸੀ ਉਹਨਾਂ ਨੇ ਤੇ ਇਹ ਕਿਹਾ ਸੀ ਭਾਵੇਂ ਬਚਾਵੇ ਜਾਂ ਨਾ ਬਚਾਵੇ ਉਹ ਸਾਡਾ ਪਰਮੇਸ਼ਵਰ ਆ ਤਾਂ ਅਗਰ ਅਸੀਂ ਇਦਾਂ ਦੀਆਂ ਗਲਤੀਆਂ ਕਰਾਂਗੇ ਕਿ ਜਾਣ ਬੁੱਝ ਕੇ ਜ਼ਹਿਰ ਪੀਣਾ ਤੇ ਫਿਰ ਕਹੀਏ ਕਿ ਪਰਮੇਸ਼ਵਰ ਸਾਨੂੰ ਬਚਾਏਗਾ ਜਾਣ ਬੁੱਝ ਕੇ ਡੁੱਬਣਾ ਤੇ ਇਹ ਸੋਚਣਾ ਕਿ ਪਰਮੇਸ਼ਵਰ ਮੈਨੂੰ ਬਚਾਏਗਾ ਇਹ ਤਾਂ ਸੁਸਾਇਸਾਈਡ ਹੀ ਆ ਕਿਸੇ ਨੇ ਬਚਾਉਣ ਨਹੀਂ ਹਣਾ ਸੂਸਾਈਡ ਕਰਨ ਵਾਲਿਆਂ ਨੂੰ ਕਿਤੇ ਨਹੀਂ ਲਿਖਿਆ ਕਿ ਆਤਮ ਹੱਤਿਆ ਕਰਨ ਵਾਲਿਆਂ ਨੂੰ ਪਰਮੇਸ਼ਰ ਬਚਾਏਗਾ। ਮਤਲਬ ਕਿ ਤੁਸੀਂ ਜੀ ਰਹੇ ਆ ਸਾਹ ਚੱਲ ਰਹੇ ਆ ਕੋਈ ਤੈਨੂੰ ਦਿੱਕਤ ਨਹੀਂ ਆ ਤੇਰੇ ਸਾਹ ਲੈਣ ਦੇ ਵਿੱਚ ਤੂੰ ਜੀਂਦਾ ਆ ਫਿਰ ਵੀ ਫਹਾ ਗਲ ਚ ਪਾ ਕੇ ਲਮਕੇਗਾ ਤਾਂ ਸਾਹ ਖਤਮ ਹੋਣੇ ਹੀ ਆ ਜਾਨ ਨਿਕਲਣੀ ਆ। ਹਾਂ ਤੂੰ ਨਹੀਂ ਮਰਨਾ ਚਾਹੁੰਦਾ। ਕੋਈ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੇ ਤੂੰ ਉਸ ਵੇਲੇ ਆਪਣੇ ਪਰਮੇਸ਼ਵਰ ਨੂੰ ਪੁਕਾਰ ਰਿਹਾ ਭਾਵੇਂ ਰੱਸੀ ਟੁੱਟ ਜਵੇ ਭਾਵੇਂ ਤੈਨੂੰ ਮਾਰਨ ਵਾਲੇ ਦਾ ਦਿਲ ਬਦਲ ਜੇ ਭਾਵੇਂ ਕੁਝ ਵੀ ਹੋ ਜਵੇ ਉਹ ਬਚਾਉਣ ਦੇ ਲਈ ਸਮਰਥੀ ਪਰਮੇਸ਼ਵਰ ਹੈ ਪਰ ਜੇ ਆਪੇ ਫਹਾਗੜ ਵਿੱਚ ਪਾਵੇਂਗਾ ਤੇ ਫਿਰ ਉਹਨੇ ਨਹੀਂ ਹੁਣ ਉਹਨੇ ਉਸ ਵੇਲੇ ਨਾਲ ਵੀ ਹੋਇਆ ਤੇ ਉਹਨੇ ਕਿਹਾ ਜਾ ਕਰ ਫਿਰ ਤੂੰ ਜੋ ਕਰਨ ਲਗਾ ਇਹੀ ਕਰ ਕਿਉਂਕਿ ਤੂੰ ਐਸੇ ਬਾਹਰ ਵੀ ਇੰਨਾ ਚਿਰ ਚਰਚ ਜਾ ਕੇ ਤੈਨੂੰ ਸਮਝ ਨਹੀਂ ਆਈ ਇੰਨਾ ਚਿਰ ਵਚਨ ਪੜ੍ਹ ਕੇ ਤੈਨੂੰ ਸਮਝ ਨਹੀਂ ਆਈ ਅਸੀਂ ਇਸ ਸਾਲ ਵਿੱਚ ਸਮਝਦਾਰੀ ਦੇ ਨਾਲ ਚੱਲਣਾ ਹੈ ਵਚਨ ਵੀ ਸਮਝਦਾਰਾਂ ਦੇ ਵਾਂਗ ਪੜ੍ਹਨਾ ਸਮਝਦਾਰਾਂ ਦੇ ਵਾਂਗ ਸਿੱਖਣਾ ਤੇ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਗਿਆਨ ਨੂੰ ਸਾਬਿਤ ਕਰਨਾ ਹੈ ਹਾਲੇਲੂਇਆ ਇਸ ਲਈ ਪ੍ਰਾਰਥਨਾ ਕਰਦੇ ਰਹੋ ਕਿ हे ਪਰਮੇਸ਼ਵਰ ਸਾਨੂੰ ਪਰਤਾਵੇ ਤੋਂ ਬਚਾ ਸਾਨੂੰ ਪਰਤਾਵੇ ਵਿੱਚ ਨਾ ਪੈਣ ਦੇ ਸਗੋਂ ਬੁਰਾਈ ਤੋਂ ਬਚਾ ਸੋ ਮੈਂ ਯਕੀਨ ਕਰਦੀ ਹਾਂ ਕਿ ਅੱਜ ਦੇ ਇਸ ਸਰਮਨ ਦੇ ਰਾਹੀਂ ਤੁਸੀਂ ਜ਼ਰੂਰ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਇੱਛਾ ਨੂੰ ਪੂਰਾ ਕਰਨ ਦੇ ਵਿੱਚ ਲੱਗੋਗੇ ਔਰ ਪਰਤਾਵਿਆਂ ਤੋਂ ਨਜਾਤ ਪਾਓਗੇ ਹallelujah ਔਰ ਤੁਹਾਨੂੰ ਸਮਝ ਆਏਗੀ ਕਿ ਪਰਤਾਵੇ ਕੀ ਹੁੰਦੇ ਆ ਔਰ ਕਿੱਦਾਂ ਉਹਨਾਂ ਪਰਤਾਵਿਆਂ ਵਿੱਚੋਂ ਪ੍ਰਭੂ ਯਿਸੂ ਮਸੀਹ ਦੇ ਵਾਂਗ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਅਸੀਂ ਬਾਹਰ ਨਿਕਲਣਾ ਹੈ ਜਰੂਰ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਸਿਖਾਏਗਾ ਹallelujah ਇਸ ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਡਿਊਲ ਖੋਜੇਵਾਲਾ ਤੇ ਸਾਡਾ Facebook ਪੇਜ Pastor duel Kojibala